ਤੇ ਪਹੁੰਚੇ ਹਨ ਇਹ ਸਾਰੇ ਹੀ। ਭੀਮ ਚੰਦ ਭੀ ਤਹਿ ਗਇਆ। ਭੀਮ ਚੰਦ ਕਹਿਲੂਰ ਦਾ ਰਾਜਾ ਵੀ ਉੱਥੇ ਚੱਲ ਕਰਕੇ ਗਿਆ ਹੈ ਘਮੰਡ ਚੰਦ ਦੇ ਡੇਰੇ। ਰਾਜੇ ਰਾਣੇ ਜਾਲ ਛੋਟੇ ਵੱਡੇ ਸਾਰੇ ਹੀ ਰਾਜੇ ਗਏ ਹਨ ਉੱਥੇ ਸਭਾ ਦੇ ਵਾਸਤੇ। ਜਾ ਪਈ ਪੰਮਾ ਆਦਿ ਵਜ਼ੀਰ ਅਨੇਕ। ਜਿਹੜਾ ਪੰਮਾ ਹੈ ਭੀਮ ਚੰਦ ਕਹਿਲੂਰੀਏ ਦਾ ਵਜ਼ੀਰ, ਇਥੇ ਆਦਿਕ ਸਾਰੇ ਹੀ ਪਹਾੜੀ ਰਾਜਿਆਂ ਦੇ ਵਜ਼ੀਰ ਵੀ ਨਾਲ ਗਏ ਹਨ ਉੱਥੇ। ਮਿਲੇ ਸਿਆਣੇ ਸਮਤ ਵਿਵੇਕ। ਜਿਹੜੇ ਸਾਰੇ ਵਜ਼ੀਰ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ, ਸ੍ਰੇਸ਼ਟ ਮਤ ਵਾਲੇ ਤੇ ਗਿਆਨਵਾਨ ਸਮਝਦੇ ਹਨ ਆਪਣੇ ਆਪ ਨੂੰ, ਉਹ ਸਾਰੇ ਹੀ ਉੱਥੇ ਪਹੁੰਚੇ ਹਨ ਘਮੰਡ ਚੰਦ ਦੇ ਡੇਰੇ। ਸਭਾ ਵਿਸ਼ਾਲ ਸਮੂਹ ਲਗਾਈ। ਉਹ ਬਹੁਤ ਜਿਆਦਾ ਇਨ੍ਹਾਂ ਪਹਾੜੀ ਰਾਜਿਆਂ ਨੇ ਆਪਣੀ ਵੱਡੀ ਸਭਾ ਲਗਾਈ ਹੈ। ਚਾਰ ਮਸਾਲਾਂ ਬਹੁਤ ਜੁਲਤਾਈ। ਮਤਾਬੀਆਂ ਚਾਰ ਕਰਕੇ ਬਹੁਤ ਜਿਆਦੀਆਂ ਮਸਾਲਾਂ ਜਗਾਈਆਂ ਹਨ ਪ੍ਰਕਾਸ਼ ਵਾਸਤੇ। ਭੀਮ ਚੰਦ ਮਤ ਮੰਦ ਗੁਮਾਨੀ। ਭੀਮ ਚੰਦ ਹੈ ਜਿਹੜਾ ਮੰਦੀ ਮਤ ਵਾਲਾ ਹੰਕਾਰੀ ਮੂਰਖ। ਸਭਨ ਸੁਨਾਵਤ ਗਿਰਾ ਬਖਾਨੀ। ਸਭਾ ਦੇ ਵਿਚ ਸਾਰੇ ਰਾਜਿਆਂ ਨੂੰ ਸੁਣਾ ਕਰਕੇ ਇਸ ਪ੍ਰਕਾਰ ਕਹਿਣ ਲੱਗਾ ਹੈ। ਅਨੇਕ ਪ੍ਰਕਾਰਨ ਤੇ ਲੜ ਰਹੇ। ਕਹਿਣ ਲੱਗਾ ਭੀਮ ਚੰਦ, ਅਸੀਂ ਸਾਰੇ ਤਰੀਕਿਆਂ ਨਾਲ ਜੰਗ ਕਰਕੇ ਵੇਖ ਲਿਆ ਹੈ, ਨਹੀਂ ਮਨੋਰਥ ਕਿਉਂ ਹੋ ਲਹੇ। ਕਿਸੇ ਪ੍ਰਕਾਰ ਵੀ ਸਾਡਾ ਕੰਮ ਪੂਰਾ ਨਹੀਂ ਹੋਇਆ, ਸਾਡੀ ਇੱਛਾ ਕਿਸੇ ਪ੍ਰਕਾਰ ਵੀ ਪੂਰੀ ਨਹੀਂ ਹੋਈ। ਦਿਵਸ ਮਾਸ ਤੇ ਅਧਿਕ ਬਿਤਾਏ। ਸੋ ਇੱਕ ਮਹੀਨੇ ਤੋਂ ਵੱਧ ਇੱਥੇ ਸਾਨੂੰ ਦਿਨ ਬਤੀਤ ਹੋ ਗਏ ਹਨ ਜੰਗ ਕਰਦਿਆਂ ਹੋਇਆ। ਲੜਤ ਰਹੇ ਕਨ ਸੁਭਟ ਖਪਾਏ। ਜੰਗ ਕਰਦੇ ਰਹੇ ਹਾਂ, ਲੜਦੇ ਰਹੇ ਹਾਂ, ਲੜ ਕਰਕੇ ਜੰਗ ਕਰਕੇ ਮਹਾਰਾਜ ਜੀ ਦੇ ਕੋਲੋਂ ਬਹੁਤੇ ਆਪਣੇ ਸੂਰਮੇ ਖਪਾ ਲਏ ਨੇ, ਨਾਸ਼ ਕਰਵਾ ਲਏ ਹਨ। ਰਾਜਨੀਤ ਕੇ ਚਤਰ ਉਪਾਏ। ਭੀਮ ਚੰਦ ਕਹਿੰਦਾ ਹੈ ਰਾਜਨੀਤੀ ਦੇ ਜਿਹੜੇ ਚਾਰ ਉਪਾਅ ਹਨ, ਸਕਲ ਵਿਚਾਰਾ ਹੋ ਚਿਤ ਕੋ ਲਾਏ। ਇਹ ਸਾਰੇ ਰਾਜਿਓ, ਤੁਸੀਂ ਚਿਤ ਲਾ ਕਰਕੇ ਆਪਣੀ ਬੁੱਧੀ ਦੇ ਵਿਚ ਉਹਨਾਂ ਚਾਰੇ ਹੀ ਉਪਾਵਾਂ ਨੂੰ ਵਿਚਾਰਨਾ ਕਰੋ। ਵੱਡਾ ਬਹਾਦਰ ਕੇਸਰ ਚੰਦ। ਸੋ ਵੱਡਾ ਬਹਾਦਰ ਸੂਰਬੀਰ ਯੋਧਾ ਸੀ ਸਾਡਾ ਕੇਸਰੀ ਚੰਦ ਰਾਜਾ ਜਸਵਾਲੀਆ। ਭਾਉ ਜਮਤੁੱਲਾ ਸੋ ਬਿਲਾਂਦਾ। ਜੈ ਜਮਤੁੱਲਾ। ਭਾਉ ਗੁਜਰਾਂ ਦਾ ਸੈਨਾਪਤੀ, ਵੱਡਾ ਬਾਹੂ ਬਲ ਵਾਲਾ ਸੂਰਮਾ ਸੀ। ਦੋਨਾਂ ਯੋਧਾ ਮਰੇ ਜੁਝਾਰੇ। ਦੋਵੇਂ ਸਾਡੇ ਜੁਝਾਰੂ ਸੂਰਮੇ ਸਿੰਘਾਂ ਨੇ ਮਾਰ ਦਿੱਤੇ ਹਨ। ਮੀਏ ਹਰ ਰਾਣੇ ਗਨ ਮਾਰੀ। ਛੋਟੇ ਵੱਡੇ ਬਹੁਤੇ ਰਾਣੇ ਰਾਜੇ ਮਾਰ ਦਿੱਤੇ ਹਨ, ਖਪਾ ਦਿੱਤੇ ਹਨ। ਕਹਿ ਲਓ ਗਿਨੀਆ ਹੀ ਸਭ ਤੁਮ ਜਾਣੋ। ਭੀਮ ਚੰਦ ਸਭਾ ਵਿਚ ਕਹਿ ਰਿਹਾ, ਕਹਿੰਦਾ ਕਿਥੋਂ ਤੱਕ ਕਹਾਂ, ਤੁਸੀਂ ਸਾਰੇ ਜਾਣਦੇ ਹੀ ਹੋ, ਮੈਂ ਕਿਹੜਾ ਕੱਲੇ ਨੇ ਜੰਗ ਵੇਖਿਆ ਹੈ। ਹਰੇ ਉਹਨਾਂ ਕਾਰਜ ਮਰੇ ਮਹਾਨ। ਸੋ ਕੋਈ ਵੀ ਕੰਮ ਨਹੀਂ ਸਾਡੇ ਕੋਲ ਸਰਿਆ, ਕੋਈ ਵੀ ਕੰਮ ਨਹੀਂ ਬਣਿਆ, ਤੇ ਬਹੁਤ ਮਹਾਨ ਸੈਨਾ ਮਰਵਾ ਲਈ ਹੈ। ਸ਼ਾਮ ਦਾਮ ਅਰ ਭੇਦ ਨਾ ਭਇਓ। ਸੋ ਇਹ ਕਹਿੰਦਾ ਸ਼ਾਮ ਦਾਮ ਤੇ ਭੇਦ ਜਿਹੜੇ ਇਹ ਚਾਰ ਤਿੰਨ ਸੋ ਦਾ ਹਨ ਉਪਾਅ ਹਨ ਦੁਸ਼ਮਣ ਦੇ ਨਾਲ ਕਰਨ ਦੇ। ਇਹ ਭੀਮ ਚੰਦ ਕਹਿੰਦਾ ਸ਼ਾਮ ਜੋ ਸ਼ਰਨ ਪੈ ਜਾਣਾ ਦੁਸ਼ਮਣ ਦੀ, ਦਾਮ ਦੁਸ਼ਮਣ ਨੂੰ ਧਨ ਦੇ ਕਰਕੇ ਆਪਣੇ ਵੱਲ ਕਰ ਲੈਣਾ, ਅਰ ਭੇਦ ਦੁਸ਼ਮਣ ਦੇ ਵਿਚ ਫੁੱਟ ਪਾ ਦੇਣੀ, ਇਹ ਅਸੀਂ ਤਿੰਨੇ ਉਪਾਅ ਹੀ ਨਹੀਂ ਵਰਤੇ। ਦੰਡ ਉਪਾਏ ਚਤੁਰਥ ਕੀਆ। ਤੇ ਚੌਥਾ ਜਿਹੜਾ ਸੀ ਦੰਡ ਜੰਗ ਕਰਨਾ, ਉਹ ਅਸੀਂ ਪਹਿਲਾਂ ਕਰ ਲਿਆ ਹੈ। ਇਹ ਤ੍ਰੈਤੇ ਪਾਛੇ ਬਨ ਆਵਤ। ਉਹ ਕਹਿੰਦਾ ਹੈ ਭੀਮ ਚੰਦ ਸਾਰੇ ਰਾਜਿਆਂ ਨੂੰ ਕਿ ਜਿਹੜਾ ਚੌਥਾ ਉਪਾਅ ਸੀ ਨਾ ਜੰਗ ਕਰਨ ਦਾ, ਇਹ ਤਾਂ ਸਾਰੇ ਤਿੰਨਾਂ ਤੋਂ ਬਾਅਦ ਵਿਚ ਬਣ ਆਉਂਦਾ ਸੀ, ਪਹਿਲਾਂ ਸਾਨੂੰ ਸਾਮ ਦਾਮ ਭੇਦ ਇਹ ਤਿੰਨ ਉਪਾਅ ਵਰਤਣੇ ਚਾਹੀਦੇ ਸੀ। ਮੂਰਖ ਨੂੰ ਹੁਣ ਚੇਤਾ ਆਇਆ ਬਹੁਤੀ ਆਪਣੀ ਸੈਨਾ ਮਰਵਾ ਕਰਕੇ, ਜਦੋਂ ਸਤਿਗੁਰੂ ਜੀ ਨੂੰ ਇਸ ਨੇ ਚਿੱਠੀ ਭੇਜੀ ਸੀ, ਮਹਾਰਾਜ ਜੀ ਨੇ ਲਿਖ ਕਰਕੇ ਭੇਜਿਆ ਸੀ ਭੀਮ ਚੰਦ ਸ਼ਰਨ ਪੈ ਜਾ ਖਾਲਸੇ ਦੀ,
ਧੰਨ ਤਾਂ ਮਹਾਰਾਜ ਜੀ ਨੇ ਕੀ ਲੈਣਾ ਸੀ ਇਹਦੇ ਕੋਲੋਂ। ਸਤਿਗੁਰੂ ਜੀ ਨੇ ਕਿਹਾ ਸੀ ਭੀਮ ਚੰਦ ਖਾਲਸੇ ਦੀ ਸ਼ਰਨ ਪਕੜ ਲੈ, ਪਰ ਉਦੋਂ ਮੂਰਖ ਨੂੰ ਆਪਣੀ ਸੈਨਾ ਦਾ ਹੰਕਾਰ ਸੀ। ਇਸ ਨੇ ਕਿਹਾ ਮੈਂ ਲਾਲ ਅੱਖਾਂ ਕਰਕੇ ਚੜ ਆਇਆ ਹਾਂ। ਮਹਾਰਾਜ ਜੀ ਕਹਿੰਦੇ ਫਿਰ ਇੱਥੇ ਨਾ ਰਾਤ ਕੱਟੀ, ਪਾਣੀ ਨਾ ਪੀਵੀ, ਚੜ ਕਰਕੇ ਆ ਜਾਵੀ ਅੱਗੇ ਗੁਰੂ ਕੇ ਸੂਰਮੇ ਤੇ, ਅੱਗੇ ਹੀ ਰਣ ਦੇਖ ਸੂਰੇ ਚਿੱਤ ਉਲਾਸ। ਸਿੰਘ ਤਾਂ ਅੱਗੇ ਹੀ ਚਾਹੁੰਦੇ ਨੇ ਕਿ ਜੰਗ ਜ਼ਰੂਰ ਪਵੇ, ਜੰਗ ਹੀ ਕਰੀਏ। ਹੁਣ ਭੀਮ ਚੰਦ ਮੂਰਖ ਨੂੰ ਚੇਤਾ ਆਇਆ, ਕਹਿੰਦਾ ਪਹਿਲਾਂ ਇਹ ਤਿੰਨ ਉਪਾਅ ਕਰਨੇ ਚਾਹੀਦੇ ਸੀ, ਸ਼ਰਨ ਪੈ ਜਾਣਾ ਚਾਹੀਦਾ ਸੀ ਸਾਨੂੰ, ਜਾਂ ਧਨ ਦੇ ਕਰਕੇ ਗੁਰੂ ਜੀ ਨੂੰ ਆਪਣੇ ਵੱਲ ਕਰ ਲੈਣਾ ਚਾਹੀਦਾ ਸੀ, ਜਾਂ ਫੁੱਟ ਪਾ ਦੇਣੀ ਚਾਹੀਦੀ ਸੀ। ਤਿੰਨੇ ਉਪਾਅ ਅਸੀਂ ਨਹੀਂ ਕੀਤੇ ਤੇ ਚੌਥਾ ਕਰ ਲਿਆ, ਪਹਿਲੋਂ ਆਪਣੀ ਮੌਤ ਹੀ ਸਹੇੜ ਲਈ ਹੈ। ਮਨ ਭਾਉਂਦੀ ਅਸੀਂ ਗੱਲ ਕੀਤੀ, ਉਹ ਪਹਿਲਾਂ ਕਰ ਲਿਆ ਜੰਗ ਵਾਲਾ ਉਪਾਅ, ਇਹ ਸਾਡੇ ਕੋਲੋਂ ਗਲਤ ਕੰਮ ਹੋ ਗਿਆ। ਹੁਣ ਵਿਚਾਰਦਾ ਹੈ ਭੀਮ ਚੰਦ, ਵਿਚਾਰੋ। ਭੀਮ ਚੰਦ ਕਹਿੰਦਾ ਸਾਰੇ ਰਾਜਿਆਂ ਨੂੰ ਵਿਚਾਰ ਕਰਨਾ ਕਰੋ, ਕੋਈ ਥੋੜਾ ਨੁਕਸਾਨ ਨਹੀਂ ਸੋਇਆ ਸਾਡਾ। ਅਸ਼ੋਕ ਦੇਸ ਗਿਰ ਸਾਰੋ, ਸਾਰੇ ਹੀ ਪਹਾੜੀ ਪਹਾੜਾ ਪਹਾੜ ਦੇਸ਼ਾਂ ਦੇ ਵਿੱਚ ਸ਼ੋਕ ਫੈਲ ਗਿਆ, ਦੁੱਖ ਫੈਲਿਆ ਹੋਇਆ ਹੈ। ਪ੍ਰਥਮ ਕਰਨ ਜੋ ਚਾਹੀਅਤ ਤੀਨ, ਸੋ ਜਿਹੜੇ ਤਿੰਨ ਉਪਾਅ ਸਨ ਸ਼ਾਮ ਦਾਮ ਤੇ ਭੇਦ, ਇਹ ਜਿਹੜੇ ਸਾਨੂੰ ਪਹਿਲਾਂ ਕਰਨੇ ਚਾਹੀਦੇ ਸੀ। ਸੋ ਅਬ ਕਰੋ ਵਿਚਾਰ ਪ੍ਰਬੀਨ, ਇਹਨਾਂ ਤਿੰਨਾਂ ਉਪਾਵਾਂ ਦੇ ਉੱਪਰ ਤੁਸੀਂ ਸਿਆਣੇ ਹੋ, ਸਾਰੇ ਵਿਚਾਰ ਕਰਨਾ ਕਰੋ। ਇਹ ਭੀਮ ਚੰਦ ਕਹਿ ਰਿਹਾ ਸਭਾ ਦੇ ਵਿੱਚ ਸਾਰੇ ਰਾਜਿਆਂ ਨੂੰ, ਦੰਡ ਉਪਾਏ ਤਿਆਗ ਕਰ ਅਬੈ, ਕਹਿਣ ਲੱਗਾ ਹੁਣ ਜਿਹੜਾ ਜੰਗ ਦਾ ਉਪਾਅ ਹੈ ਨਾ ਇਹ ਛੱਡ ਦੇਣਾ ਚਾਹੀਦਾ। ਸੋ ਸਰਿਆ ਜੂ ਕੁਝ ਨਹੀਂ, ਹੁਣ ਸਾਰੇ ਪਾਸਿਓ ਮੂੰਹ ਦੀ ਖਾਣੀ ਪਈ ਹੈ। ਹੁਣ ਹਾਰ ਕੇ ਕਹਿੰਦਾ ਸਾਨੂੰ ਜੰਗ ਵਾਲਾ ਜਿਹੜਾ ਉਪਾਅ ਛੱਡ ਦੇਣਾ ਚਾਹੀਦਾ ਹੈ। ਸ਼ਾਮ ਆਦਕੋ ਕਰੀਏ ਸਭਾ, ਤੇ ਸਾਰੇ ਰਾਜੇ ਮਿਲ ਕਰਕੇ ਹੁਣ ਜਿਹੜਾ ਸ਼ਾਮ ਵਾਲਾ ਉਪਾਅ ਹੈ ਨਾ ਸ਼ਰਨ ਪੈਣ ਵਾਲਾ, ਉਹ ਕਰਨਾ ਕਰੀਏ। ਇਹ ਤਾਂ ਯੁੱਧ ਕਰ ਕ੍ਰੋਧ ਵਿਰੁੱਧ, ਸੋ ਇੰਨਾ ਯੁੱਧ ਕੀਤਾ ਬਹੁਤੇ ਕ੍ਰੋਧ ਦੇ ਸਹਿਤ ਵਿਰੋਧ ਪਾ ਲਿਆ ਗੁਰੂ ਜੀ ਨਾਲ। ਦਿਸਤੇ ਆਨੰਦਪੁਰ ਰੁੱਧੇ, ਚਾਰ ਸਫੇਰਿਓ ਆਨੰਦਪੁਰ ਨੂੰ ਅਸੀਂ ਘੇਰ ਕਰਕੇ ਰੱਖਿਆ ਹੈ। ਗੁਰੂ ਗੋਬਿੰਦ ਸਿੰਘ ਕੋ ਨਹਿ ਚਿੰਤਾ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਪ੍ਰਕਾਰ ਵੀ ਕੋਈ ਚਿੰਤਾ ਨਹੀਂ ਹੈ ਆਨੰਦਪੁਰ ਦੇ ਵਿਚ। ਆਨ ਮਿਲੇ ਸਿੱਖ ਬਹੁਰ ਬੇਅੰਤਾ, ਤੇ ਫਿਰ ਹੋਰ ਬਾਹਰਲੇ ਦੇਸ਼ਾਂ ਦੇ ਵਿਚੋਂ ਸਿੱਖ ਆਣ ਆਣ ਕਰਕੇ ਮਿਲ ਜਾਂਦੇ ਹਨ ਇਹਨਾਂ ਦੇ ਕੋਲ ਆ ਜਾਂਦੇ ਹਨ। ਨਹਿਨ ਚਮੋ ਕੀ ਚਾਹੇ ਬਿਸਾਲਾ, ਤੇ ਬਹੁਤ ਜ਼ਿਆਦਾ ਫੌਜ ਰੱਖਣ ਦੀ ਵੀ ਇਹਨਾਂ ਨੂੰ ਕੋਈ ਇੱਛਾ ਨਹੀਂ ਕਿਸੇ ਪ੍ਰਕਾਰ ਦੀ। ਬਿਨਾ ਹਕਾਰੀ ਆਵਤ ਜਾਲਾ, ਬਿਨਾ ਬੁਲਾਇਓ ਹੀ ਇਹਨਾਂ ਕੋਲ ਬਹੁਤ ਜ਼ਿਆਦਾ ਸਿੰਘ ਚਲੇ ਆਉਂਦੇ ਹਨ ਨਿਤ ਪ੍ਰਤ। ਬਾਹਰ ਦਰਬ ਕੀ ਕਮੀ ਨਾ ਕਬਹੋ, ਤੇ ਫਿਰ ਤੁਸੀਂ ਜਾਣ ਲਓ ਕਿ ਇਹਨਾਂ ਦੇ ਕੋਲ ਕਿਸੇ ਪ੍ਰਕਾਰ ਧਨ ਦੀ ਵੀ ਕਮੀ ਨਹੀਂ ਕਦੇ ਆਉਂਦੀ। ਦਿਸਤੇ ਅੰਨ ਸਿੱਖ ਸਭ ਹੋ, ਸਾਰੀਆਂ ਸਿੱਖ ਸੰਗਤਾਂ ਚਾਰ ਸਫੇਰਿਓ ਚੌਂ ਦਿਸ਼ਾਂ ਤੋਂ ਇਹਨਾਂ ਕੋਲ ਧਨ ਲੈ ਕਰਕੇ ਆਉਂਦੀਆਂ ਹਨ। ਰਹੀ ਲੜਾਈ ਲਖਹੁ ਕਨੇਰੀ, ਤੇ ਜਿਹੜੀ ਲੜਾਈ ਦੀ ਗੱਲ ਰਹਿ ਗਈ ਉਹ ਜਾਣ ਲਓ ਬਹੁਤੀ ਹੀ। ਨਹਿ ਕਾਇਲ ਹੋਏ ਅਸ ਕਿਸ ਬੈਰੀ, ਉਹ ਬਹੁਤੀ ਅਸੀਂ ਕੀਤੀ ਲੜਾਈ ਜੰਗ ਬਹੁਤਾ ਕੀਤਾ ਹੈ, ਪਰ ਕਿਸੇ ਪ੍ਰਕਾਰ ਵੀ ਗੁਰੂ ਜੀ ਦੁਖੀ ਨਹੀਂ ਹੋਏ, ਕਿਸੇ ਪ੍ਰਕਾਰ ਵੀ ਤੰਗ ਨਹੀਂ ਹੋਏ। ਉਤਸਾਹ ਅਧਿਕ ਬਿਰਧਾਵਾ, ਨੇਤਾ ਪ੍ਰਤੀ ਹਰ ਰੋਜ਼ ਬਹੁਤਾ ਉਤਸ਼ਾਹ ਵਧਾਉਂਦੇ ਹਨ। ਕਿਵੇਂ ਆਨੰਦਪੁਰ ਚਾਹਾ ਛੁਟਾਵਾ, ਤੇ ਕਿਵੇਂ ਤੁਸੀਂ ਆਨੰਦਪੁਰ ਸਾਹਿਬ ਛਡਾਉਣਾ ਚਾਹੁੰਦੇ ਹੋ ਹੁਣ। ਬਾਦਸ਼ਾਹ ਕੀ ਲੱਖਾਂ ਅਨੇ, ਤੇ ਭੀਮ ਚੰਦ ਕਹਿ ਰਿਹਾ ਸਾਰੇ ਰਾਜਿਆਂ ਦੀ ਸਭਾ ਦੇ ਵਿਚ, ਅਸੀਂ ਤਾਂ ਕੀ ਹਾਂ ਜੇ ਔਰੰਗਜ਼ੇਬ ਬਾਦਸ਼ਾਹ ਦੀ ਵੱਡੀ ਜਿਹੜੀ ਫੌਜ ਹੈ, ਵੱਡਾ ਲਾਹੋ ਲਸ਼ਕਰ ਹੈ ਔਰੰਗਜ਼ੇਬ ਬਾਦਸ਼ਾਹ ਦਾ।
ਜਿਤ ਕਿਤ ਤੇ ਮਿਲ ਆਵਹਿ ਘਨੀ, ਜਿਧਰੋਂ ਕਿਧਰੋਂ ਉਹ ਵੀ ਜੇ ਮਿਲ ਕਰਕੇ ਆ ਜਾਵੇ ਬਹੁਤ ਜਿਆਦਾ। ਭੀਮ ਵਿਸਾਲਾ ਤੋਪ ਸੰਭੂਹਾ, ਬਹੁਤ ਜ਼ਿਆਦੀਆਂ ਵੱਡੀਆਂ ਭਿਆਨਕ ਤੋਪਾਂ ਸਾਰੀਆਂ ਹੀ ਲੈ ਕਰਕੇ ਆਵੇ ਜੇ ਔਰੰਗਜ਼ੇਬ ਬਾਦਸ਼ਾਹ ਲਾਹੌਰ ਲਸ਼ਕਰ ਦੇ ਸਹਿਤ। ਘੇਰ ਚਾਹੋ ਦਿਸ ਕਲ ਹੂਹਾ, ਚਾਰ ਚਫੇਰਿਓ ਆਨੰਦਪੁਰ ਨੂੰ ਘੇਰ ਕਰਕੇ ਹੱਲਾ ਕਰ ਦੇਵੇ। ਦਿਨ ਕੇ ਸੰਗ ਪਿਲਰਤ ਨਹਾਰਾ, ਮੈਂ ਵਿਚਾਰਿਆ ਕਿ ਔਰੰਗਜ਼ੇਬ ਬਾਦਸ਼ਾਹ ਦੇ ਲਾਹੌਰ ਲਸ਼ਕਰ ਦੇ ਨਾਲ ਵੀ ਇਹ ਜੰਗ ਮਚਾ ਦੇਣਗੇ, ਹਾਰਨਗੇ ਨਹੀਂ, ਉਹਨਾਂ ਨੂੰ ਵੀ ਪਛਾੜ ਦੇਣਗੇ। ਅਨੇਕ ਸਿੰਘ ਰਣ ਕਰ ਮਰ ਮਾਰਾ, ਇਹਨਾਂ ਕੋਲ ਬਹੁਤੇ ਸਿੰਘ ਹਨ, ਐਸੇ ਬਹੁਤੇ ਸੋ ਸ਼ਹੀਦ ਹੁੰਦੇ ਹਨ ਜੰਗ ਦੇ ਵਿੱਚ, ਦੁਸ਼ਮਣਾਂ ਦਾ ਨਾਸ ਕਰਦੇ ਹੋਏ ਕੋਈ ਪਰਵਾਹ ਹੀ ਨਹੀਂ ਮੰਨਦੇ। ਅੰਨ ਆਦਿ ਜੇ ਹੋਇਆ ਨਾ ਪ੍ਰਵੇਸ਼ਨ, ਭੀਮ ਚੰਦ ਸਲਾਹਾਂ ਦੇ ਰਿਹਾ ਸਭਾ ਦੇ ਵਿੱਚ, ਕਹਿੰਦਾ ਜੇ ਅੰਨ ਆਦਿਕ ਰਸਤਾਂ ਬਸਤਾਂ ਸੁੱਕੀਆਂ ਅੰਦਰ ਨਾ ਪ੍ਰਵੇਸ਼ ਹੋਣ ਆਨੰਦਪੁਰ ਦੇ ਵਿੱਚ, ਘੇਰਾ ਕਲ ਹੈ ਅਵਸ਼ੇਸ਼ਨ, ਵਿਸ਼ੇਸ਼ ਤਰੀਕੇ ਦੇ ਨਾਲ ਬਹੁਤ ਪਕਿਆਈ ਦੇ ਨਾਲ ਘੇਰਾ ਪਾ ਲਿਆ ਜਾਵੇ ਆਨੰਦਪੁਰ ਨੂੰ। ਕਈ ਮਾਸ ਮਹਿਕਾਇਲ ਹੋਏ, ਕਈ ਮਹੀਨਿਆਂ ਤੱਕ ਫਿਰ ਇਹ ਦੁਖੀ ਹੋਣਗੇ, ਇੱਥੇ ਤੰਗ ਆ ਜਾਣਗੇ। ਤਾਂ ਆਨੰਦਪੁਰ ਤਿਆਗੈ ਸੋਏ, ਤਾਂ ਜਾ ਕਰਕੇ ਕਦੇ ਗੁਰੂ ਜੀ ਆਨੰਦਪੁਰ ਨੂੰ ਛੱਡਣਗੇ, ਨਹੀਂ ਤਾਂ ਨਹੀਂ ਛੱਡਣਗੇ। ਬਿਨਾਂ ਸ਼ਾਹ ਕੀ ਸੈਨ ਕਨੇਰੀ, ਬਿਨਾਂ ਔਰੰਗਜ਼ੇਬ ਬਾਦਸ਼ਾਹ ਦੇ ਭਾਰੀ ਲਾਹੌਰ ਲਸ਼ਕਰ ਤਾਂ ਨਹਿ ਸਰ ਹੋਏ ਭਲੇ ਮੈਂ ਹੇਰੀ, ਇਹ ਆਨੰਦਪੁਰ ਜਿਹੜਾ ਸਰ ਨਹੀਂ ਹੋਵੇਗਾ, ਫਤਿਹ ਨਹੀਂ ਹੋਵੇਗਾ, ਜਿੱਤਿਆ ਨਹੀਂ ਜਾਵੇਗਾ, ਇਹ ਮੈਂ ਚੰਗੀ ਤਰ੍ਹਾਂ ਮਨ ਵਿਚ ਵੇਖ ਲਿਆ ਜਾਣ ਲਿਆ ਹੈ। ਅਬ ਤਾਂ ਹਟਨ ਜੰਗ ਤੇ ਜੋਗ, ਇਹ ਭੀਮ ਚੰਦ ਸਾਰੇ ਰਾਜਿਆਂ ਨੂੰ ਕਹਿੰਦਾ ਹੁਣ ਤਾਂ ਜੰਗ ਕਰਨ ਤੋਂ ਹਟ ਜਾਣਾ ਹੀ ਯੋਗ ਹੈ, ਮੁੜ ਜਾਣਾ ਚਾਹੀਦਾ ਹੈ ਇਥੋਂ। ਮਰੇ ਬ੍ਰਿੰਦ ਹੀ ਘਾਇਲ ਲੋਗ, ਬਹੁਤ ਜ਼ਿਆਦਾ ਸਾਡੀ ਸੈਨਾ ਮਰ ਗਈ ਹੈ ਤੇ ਬਹੁਤ ਜ਼ਿਆਦਾ ਜਿਹੜੇ ਬਚੇ ਹਨ ਜ਼ਖਮੀ ਪਏ ਹਨ, ਨਕਾਰਾ ਹੋਏ ਪਏ ਹਨ। ਰਮਤਾ ਸਪੂਰਨ ਸੈਨ ਵਿਸਾਲਾ, ਸੋ ਜਿਹੜੇ ਸਹੀ ਸਲਾਮਤ ਹਨ ਉਹ ਸਾਰੇ ਹੀ ਥੱਕੇ ਪਏ ਹਨ, ਬਹੁਤ ਭਾਰੀ ਥਕਾਵਟ ਦੇ ਨਾਲ ਸਾਰੀ ਸੈਨਾ। ਲੜਦਿਓ ਬੀਤ ਗਏ ਚਿਰ ਕਾਲ, ਇੱਥੇ ਆਨੰਦਪੁਰ ਦੇ ਵਿੱਚ ਸਾਨੂੰ ਜੰਗ ਕਰਦਿਆਂ ਹੋਇਆ ਲੜਦਿਆਂ ਹੋਇਆ ਚਿਰ ਕਾਲ ਸਮਾਂ ਬਤੀਤ ਹੋ ਗਿਆ, ਬਹੁਤ ਸਮਾਂ ਬੀਤ ਗਿਆ ਹੈ। ਹੰਡੂਰੀ ਅਰ ਚੰਦ ਘਮੰਡ, ਹੰਡੂਰੀਆ ਭੂਪ ਚੰਦ ਅਤੇ ਘਮੰਡ ਚੰਦ ਜਿਹੜਾ ਕਟੋਚੀਆ ਹੈ, ਘਾਇਲ ਪਰੇ ਵੀਰ ਬਰਬੰਡ, ਇਹ ਵੀ ਸਾਡੇ ਵੱਡੇ ਸੂਰਮੇ ਜ਼ਖਮੀ ਹੋਏ ਪਏ ਹਨ। ਹੁਣ ਕੌਣ ਅਗਰਣੀ ਹੋਏ ਅਬਲਰਾ, ਤੇ ਹੁਣ ਕੌਣ ਸਾਰੀ ਸੈਨਾ ਦੇ ਅੱਗੇ ਹੋ ਕਰਕੇ ਸੋ ਮੁਖੀ ਹੋ ਕਰਕੇ ਲੜਨਾ ਕਰੇ, ਕੌਣ ਜੰਗ ਕਰੇ ਸਿੰਘਾਂ ਨਾਲ। ਹੁਣ ਕਾਰਜ ਭਾਵੇਂ ਇਹ ਠੀਕ ਵੀ ਹੁੰਦੇ ਤਾਂ ਵੀ ਜਾਣ ਲਓ ਕਾਰਜ ਨਹੀਂ ਸੀ ਬਣਨਾ, ਆਨੰਦਪੁਰ ਨਹੀਂ ਸੀ ਛੁੱਟਣਾ ਸਾਡੇ ਕੋਲ। ਗਵਾਲੇਰੀ ਅਰ ਮੰਡਸ ਪਤੀ, ਭੀਮ ਚੰਦ ਨੇ ਜਦੋਂ ਐਸੀਆਂ ਗੱਲਾਂ ਕੀਤੀਆਂ ਹਨ, ਗਵਾਲੀਆ ਗੁਲੇਰੀਆ ਜਿਹੜਾ ਗੋਪਾਲ ਚੰਦ ਹੈ ਅਤੇ ਮੰਡੀ ਵਾਲਾ ਰਾਜਾ, ਇਹ ਦੋਵੇਂ ਬੋਲੇ ਹਨ। ਪਰ ਵਿਚਾਰ ਬੋਲੇ ਬੜ ਮੱਤੀ, ਆਪਸ ਦੇ ਵਿੱਚ ਵਿਚਾਰ ਕਰਕੇ ਬੜੀ ਬੁੱਧੀ ਦੇ ਨਾਲ ਇਨ੍ਹਾਂ ਨੇ ਵਚਨ ਕੀਤਾ ਹੈ ਸਭਾ ਦੇ ਵਿੱਚ। ਨਾਹਕ ਜੋਧਾ ਲੜ ਮਰਵਾਏ, ਇਹ ਕਹਿਣ ਲੱਗੇ ਹਨ ਨਿਹੱਕ ਹੀ ਬਿਨਾਂ ਕਾਰਨ ਤੋਂ ਹੀ ਬਹੁਤੇ ਅਸੀਂ ਆਪਣੇ ਸੂਰਮੇ ਯੋਧੇ ਲੜ ਕਰਕੇ ਮਰਵਾ ਲਏ ਹਨ। ਖਰਚਿਓ ਦਰਬਾ ਨਿਰਪਨ ਸਮਦਾਏ, ਅਸੀਂ ਸਾਰੇ ਰਾਜਿਆਂ ਨੇ ਇਸ ਜੰਗ ਦੇ ਉੱਤੇ ਬਹੁਤ ਜ਼ਿਆਦਾ ਆਪਣਾ ਧਨ ਖਰਚ ਕਰ ਦਿੱਤਾ, ਨਸ਼ਟ ਕਰਾ ਦਿੱਤਾ ਹੈ ਆਪਣਾ ਧਨ। ਭਇਓ ਵਿਅਰਥ ਕੋ ਕਾਜ ਨਾ ਸਰਿਓ, ਤੇ ਉਹ ਸਾਰਾ ਹੀ ਸਾਡਾ ਧਨ ਉਦਮ ਬਲ ਵਿਅਰਥ ਹੋ ਗਿਆ, ਕੋਈ ਵੀ ਕਾਰਜ ਨਹੀਂ ਸਰਿਆ, ਕੰਮ ਨਹੀਂ ਬਣਿਆ। ਤੈਸੇ ਚੰਦ ਕੇਸਰੀ ਮਰਿਓ, ਇਸੇ ਪ੍ਰਕਾਰ ਹੀ ਫਿਰ ਕੇਸਰੀ ਚੰਦ ਵੀ ਮਰਵਾ ਲਿਆ ਹੈ ਰਾਜਾ। ਹਟਨਾ ਉਚਿਤ ਵਿਚਾਰੀ ਨੀਕੇ, ਜਿਹੜਾ ਇਥੋਂ ਜੰਗ ਤੋਂ ਹੁਣ ਹਟ ਜਾਣਾ ਮੁੜ ਜਾਣਾ ਇਹੋ ਹੀ ਯੋਗ ਹੈ, ਅਸੀਂ ਵਿਚਾਰਿਆ ਚੰਗੀ ਤਰ੍ਹਾਂ ਮਨ ਵਿਚ। ਇਸ ਮੈਂ ਭਲੋ
ਭਲੋ ਹੈ ਸਭ ਹੀ ਕੇ, ਇਸ ਵਿਚ ਹੀ ਸਾਰਿਆਂ ਦਾ ਭਲਾ ਹੈ, ਸਾਰੇ ਹੀ ਇਸ ਵਿਚ ਸੁਖ ਪਾਉਣਗੇ। ਇਥੋਂ ਮੁੜ ਚੱਲੀਏ, ਬਿਨਾਂ ਲੜਨ ਤੇ ਅਪਰ ਉਪਾਏ, ਬਿਨਾਂ ਜੰਗ ਕਰਨ ਤੋਂ ਜਿਹੜੇ ਹੋਰ ਉਪਾਅ ਯਤਨ ਹਨ, ਕਰੇ ਸਰਬ ਲੇਪੁਰੀ ਛੁਟਾਏ, ਹੋਰ ਸਾਰੇ ਯਤਨ ਕਰਾਂਗੇ ਜਾ ਕਰਕੇ ਆਪਣੀਆਂ ਰਾਜਧਾਨੀਆਂ ਵਿਚ, ਹੋਰ ਕੋਈ ਉਪਾਅ ਯਤਨ ਸੋਚਾਂਗੇ ਤੇ ਆਨੰਦਪੁਰ ਨੂੰ ਛਡਾ ਲਵਾਂਗੇ। ਪਾਪੀ ਪੰਮੇ ਤਬਹਿ ਉਚਾਰੀ, ਜਦੋਂ ਇਸ ਪ੍ਰਕਾਰ ਸਾਰੇ ਰਾਜੇ ਆਪੋ ਆਪਣੀਆਂ ਸਲਾਹਾਂ ਦੇ ਰਹੇ ਸਨ, ਤਾਂ ਜਿਹੜਾ ਪਾਪੀ ਸੀ ਪੰਮਾ, ਇਹ ਭੀਮ ਚੰਦ ਦਾ ਵਜ਼ੀਰ ਹੈ ਕਹਿਲੂਰ ਵਾਲੇ ਦਾ, ਇਹ ਉਸ ਸਮੇਂ ਬੋਲਿਆ ਸਭਾ ਵਿਚ ਉੱਠ ਕਰਕੇ, ਕਰੋ ਨਾ ਚਿੰਤਾ ਹਿਰਦੇ ਮਝਾਰੀ, ਸਾਰੇ ਰਾਜਿਆਂ ਨੂੰ ਕਹਿੰਦਾ ਕਿ ਤੁਸੀਂ ਕਿਸੇ ਪ੍ਰਕਾਰ ਵੀ ਆਪਣੇ ਹਿਰਦੇ ਵਿਚ ਚਿੰਤਾ ਨਾ ਕਰਨਾ ਕਰੋ। ਇਕ ਯਤਨ ਮੈਂ ਕਰਹਾ ਐਸੇ, ਇਕ ਯਤਨ ਇਕ ਢੰਗ ਮੈਂ ਇਸ ਪ੍ਰਕਾਰ ਬਣਾਵਾਂਗਾ, ਹੋਰ ਆਨੰਦਪੁਰ ਸਤਿਗੁਰ ਜੈਸੇ, ਜਿਸ ਢੰਗ ਤਰੀਕੇ ਦੇ ਨਾਲ ਜਿਸ ਯਤਨ ਦੇ ਨਾਲ ਸਤਿਗੁਰੂ ਜੀ ਆਨੰਦਪੁਰ ਨਗਰ ਨੂੰ ਛੱਡ ਜਾਣਗੇ। ਅਬ ਸਭ ਗਮਨਾ ਨਿਜ ਨਿਜ ਦੇਸ਼, ਹੁਣ ਤੁਸੀਂ ਸਾਰੇ ਰਾਜੇ ਆਪੋ ਆਪਣੇ ਦੇਸ਼ਾਂ ਵਿਚ ਚਲੇ ਜਾਓ, ਆਪੋ ਆਪਣੀਆਂ ਰਾਜਧਾਨੀਆਂ ਨੂੰ ਚਲੇ ਜਾਓ। ਕਰ ਰਾਮ ਕੋ ਤਜਹ ਕਲੇਸ਼, ਤੇ ਕਲੇਸ਼ ਦੁੱਖ ਨੂੰ ਛੱਡ ਕਰਕੇ ਆਪਣੇ ਰਾਜਾਂ ਵਿਚ ਜਾ ਕਰਕੇ ਆਰਾਮ ਕਰਨਾ ਕਰੋ। ਹੋਤ ਪ੍ਰਾਤ ਕੇ ਕਰਿਓ ਕੂਚ, ਸੋ ਜਦੋਂ ਸਵੇਰ ਹੁੰਦੀ ਇਥੋਂ ਕੂਚ ਕਰ ਜਾਵੋ ਤੁਸੀਂ ਸਾਰੇ। ਹੁਣ ਸਭਨ ਸੰਭਾਲੋ ਜਾਏ ਪਹੁੰਚ, ਆਪਣੀਆਂ ਰਾਜਧਾਨੀਆਂ ਵਿਚ ਜਾ ਕਰਕੇ ਆਪਣੀ ਸਾਰੀ ਸੈਨਾ ਜਿਹੜੀ ਬਚੀ ਉਸ ਨੂੰ ਸੰਭਾਲ ਲਵੋ ਜਾ ਕਰਕੇ। ਇਵੇਂ ਮਤ ਘਮੰਡ ਚੰਦ ਮਾਨਾ, ਇਹ ਜਿਹੜੀ ਸਲਾਹ ਸੀ ਨਾ ਪੰਮੇ ਪਾਪੀ ਦੀ, ਵਜ਼ੀਰ ਦੀ, ਭੀਮ ਚੰਦ ਦਾ ਜਿਹੜਾ ਵਜ਼ੀਰ ਹੈ, ਇਹ ਸਲਾਹ ਨੂੰ ਜਿਹੜਾ ਘਮੰਡ ਚਾਹੁੰਦਾ ਇਸ ਨੇ ਮੰਨ ਲਿਆ। ਹੁਣ ਲੱਤਾਂ ਜੂ ਤੜਾਈਆਂ, ਛੇਤੀ ਸਲਾਹ ਮੰਨ ਲਈ ਮੂਰਖ ਨੇ ਭੱਜ ਜਾਣ ਦੀ। ਚੜ ਚੰਪਾਨ ਸੁਤ ਬਹਿ ਪਿਆਨਾ, ਇਸ ਪੰਮੇ ਵਜ਼ੀਰ ਨੇ ਤੇ ਕਿਹਾ ਵੀ ਸਵੇਰ ਹੋਣ ਤੇ ਕੂਚ ਕਰ ਜਾਵਾਂਗੇ, ਸਵੇਰ ਨੂੰ ਚਲੇ ਜਾਵਾਂਗੇ, ਪਰ ਘਮੰਡ ਚੰਦ ਨੇ ਬਹੁਤਾ ਹੀ ਡਰਿਆ ਹੋਇਆ, ਲੱਤਾਂ ਤੜਾਈਆਂ ਨੇ, ਛੇਤੀ ਪਾਲਕੀ ਦੇ ਵਿਚ ਚੜ ਕਰਕੇ ਤੁਰ ਪਿਆ। ਉਸੇ ਟਾਈਮ ਹੀ ਘਾਇਲ ਅਪਰ ਸਕਲ ਨਿਸਮਾਹੀ, ਹੋਰ ਜਿਹੜੇ ਵੀ ਜ਼ਖਮੀ ਸਨ ਪਹਾੜੀਏ ਰਾਤ ਨੂੰ ਹੀ ਚੋਰੀ ਚੋਰੀ ਨਿਕਲ ਗਏ ਹਨ। ਆਦ ਹੰਡੂਰੀ ਟਿਕੈ ਸੋਨਾਹੀ, ਹੰਡੂਰੀਆ ਭੂਪ ਚੰਦ ਵੀ ਜਿਹੜਾ ਬਹੁਤੀਆਂ ਫੜਾ ਮਾਰਦਾ ਸੀ, ਸਲਾਹਾਂ ਦਿੰਦਾ ਸੀ ਭੀਮ ਚੰਦ ਨੂੰ, ਉਹ ਵੀ ਨੀ ਟਿਕਿਆ, ਰਾਤ ਨੂੰ ਹੀ ਭੱਜ ਗਿਆ ਮੂਰਖ। ਲੇਲੇ ਨਿਜ ਸਮਾਜ ਕੋ ਚੱਲੇ, ਆਪੋ ਆਪਣਾ ਸਾਜੋ ਸਮਾਨ ਇਕੱਠਾ ਕਰਕੇ ਤੁਰ ਪਏ ਹਨ ਸਾਰੇ। ਕਰੇ ਮੌਨ ਮੁਖ ਤੇ ਨਾ ਮਿਲੇ, ਸਾਰਿਆਂ ਨੇ ਮੂੰਹ ਤੋਂ ਚੁੱਪ ਧਾਰ ਲਈ ਆ, ਕਿਸੇ ਨਾਲ ਕੋਈ ਗੱਲ ਨਹੀਂ ਕਰਦੇ, ਤੇ ਆਪਸ ਦੇ ਵਿਚ ਰਾਜੇ ਮਿਲ ਨਹੀਂ ਰਹੇ, ਇਕ ਦੂਜੇ ਤੋਂ ਚੋਰੀ ਚੋਰੀ ਨੱਠ ਰਹੇ ਹਨ। ਜਾਮਨ ਮੈਂ ਗਮਨੇ ਦੁੱਖ ਲਹੇ, ਸੋ ਰਾਤ ਨੂੰ ਇਹ ਚੱਲੇ ਹਨ ਜੰਗਲਾਂ ਦੇ ਵਿਚ ਰਸਤੇ ਤੇ, ਤੇ ਬਹੁਤਾ ਦੁੱਖ ਪਾ ਰਹੇ ਹਨ ਤੁਰਦੇ ਹੋਏ। ਦੇਖਮਾ ਪੰਥਾ ਗਿਰ ਗਣ ਕੇ ਆਏ, ਸੋ ਪਹਾੜਾਂ ਦਾ ਜੰਗਲਾਂ ਦਾ ਬਹੁਤਾ ਬਿਖਮ ਔਖਾ ਰਸਤਾ ਉਹਦੇ ਉੱਤੇ ਚੱਲ ਰਹੇ ਹਨ ਇਹ। ਸਾਵਧਾਨ ਜੇ ਹੁਤੀ ਪਦਾਂਤੀ, ਜਿਹੜੀ ਪਹਾੜੀ ਸੈਨਾ ਪੈਦਲ ਸਾਵਧਾਨ ਸੀ ਜਿਹੜੀ, ਹਰ ਸਵਾਰ ਜੇ ਹੋਏ ਨਾ ਹਾਥੀ, ਜਿਹੜੀ ਘੋੜ ਸਵਾਰ ਸੈਨਾ ਸੀ ਜਿਹੜੀ ਸਿੰਘਾਂ ਹੱਥੋਂ ਬਚੀ ਹੋਈ ਸੀ ਜਿਹੜੀ, ਸੋ ਸਭ ਭੀਮ ਚੰਦ ਨੇ ਰੱਖੇ, ਉਹ ਸਾਰੇ ਭੀਮ ਚੰਦ ਨੇ ਰੱਖ ਲਏ ਹਨ ਸਿਪਾਹੀ। ਚਲੋ ਪ੍ਰਾਤ ਮੈਂ ਇਮ ਅਬਲਾਖੇ, ਭੀਮ ਚੰਦ ਨੇ ਇਹ ਵਿਚਾਰ ਕੀਤੀ ਕਿ ਮੈਂ ਸਵੇਰ ਹੋਣ ਤੇ ਚੱਲਾਂਗਾ, ਇਸ ਪ੍ਰਕਾਰ ਵਿਚਾਰ ਕਰਕੇ ਇਹ ਇੱਛਾ ਨੂੰ ਲੈ ਕਰਕੇ ਭੀਮ ਚੰਦ ਉੱਥੇ ਰਹਿ ਪਿਆ ਹੈ। ਖਾਣ ਪਾਨ ਕਰਕੇ ਤਿਕ ਸੋਏ, ਖਾ ਪੀ ਕਰਕੇ ਕਿੰਨੇ ਕ ਪਹਾੜੀਏ ਸੌ ਗਏ ਹਨ, ਉਹ ਫਿਰ ਰਹੇ ਸੁਚੇਤੀ।
ਕੀ ਹੋਏ ਤੇ ਕਿੰਨੇ ਕ ਸਾਵਧਾਨ ਹੋ ਕਰਕੇ ਖਲੋਤੇ ਰਹੇ ਹਨ ਪਹਿਰੇ ਤੇ ਸਾਰੀ ਰਾਤ। ਤਿਵੇਂ ਹੀ ਸਿੰਘ ਲੋਹਗੜ ਮਾਹੀ ਤਿਵੇਂ ਹੀ ਸਿੰਘ ਸੂਰਮੇ ਲੋਹਗੜ ਦੇ ਵਿਚ ਟਿਕੇ ਹਨ। ਕੇਤਕ ਸੁਪਤੇ ਕੇਤਕ ਨਾਹੀ ਕਿੰਨੇ ਕ ਸਿੰਘਾਂ ਨੇ ਬਰਾਜ ਕਰਕੇ ਆਰਾਮ ਕੀਤਾ ਕਿੰਨੇ ਕ ਸਿੰਘ ਜਾਗ ਕਰਕੇ ਪਹਿਰਾ ਦਿੰਦੇ ਹਨ। ਜਵਾਲਾ ਬਮਣੀ ਰਹੇ ਚਲਾਵਤ ਬੰਦੂਕਾਂ ਦੇ ਵਿਚੋਂ ਸਿੰਘ ਸੂਰਮੇ ਗੋਲੀਆਂ ਛੱਡਦੇ ਰਹੇ ਹਨ। ਦੂਰ ਦੂਰ ਲਾਓ ਸਤਰ ਤਕਾਵਤ ਦੂਰ ਦੂਰ ਤੱਕ ਦੁਸ਼ਮਣਾਂ ਨੂੰ ਤੱਕ ਕਰਕੇ ਮਾਰਦੇ ਹਨ ਗੋਲੀਆਂ ਰਾਤ ਨੂੰ ਵੀ। ਜਬ ਹੁਣ ਦੋਏ ਘੜੀ ਨਿਸ ਰਹੀ ਜਦੋਂ ਦੋ ਘੜੀਆਂ ਰਾਤ ਰਹਿ ਗਈ ਹੈ ਬਾਕੀ। ਕੂਚ ਕਰਨ ਕੀ ਚਿਤ ਮਹਿ ਚਾਹੀ ਭੀਮ ਚੰਦ ਨੇ ਚਿਤ ਦੇ ਵਿਚ ਵਿਚਾਰ ਕੀਤੀ ਕਿ ਹੁਣ ਕੂਚ ਕਰਨ ਦੀ ਤਿਆਰੀ ਕਰਨੀ ਚਾਹੀਦੀ ਹੈ ਚਾਲੇ ਪਾਉਣ ਦੀ ਤਿਆਰੀ ਕਰਨੀ ਚਾਹੀਦੀ ਹੈ। ਜੀਨ ਤੁਰੰਗਮ ਪਰ ਡਬ ਡਾਲੇ ਤਦੋਂ ਇਸ ਨੇ ਹੁਕਮ ਕੀਤਾ ਆਪਣੀ ਸੈਨਾ ਨੂੰ ਸਾਰੀ ਸੈਨਾ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਦਿੱਤੀਆਂ ਹਨ। ਜੈ ਕੁੰਚਰ ਤਿੰਨ ਹੌਦਾ ਕਾਲੇ ਜਿਹੜੇ ਹਾਥੀ ਸਨ ਉਹਨਾਂ ਦੇ ਉੱਪਰ ਹੌਦੇ ਪਾ ਦਿੱਤੇ ਗਏ ਹਨ ਅੰਬਾਰੀਆਂ ਕੱਸ ਦਿੱਤੀਆਂ ਗਈਆਂ ਹਨ। ਤੂਸ਼ਨ ਹੀ ਸਭ ਕੀਨਸ ਤਿਆਰੀ ਸੋ ਚੁੱਪ ਕਰਕੇ ਇਹਨਾਂ ਨੇ ਸਾਰੀ ਤਿਆਰੀ ਕੀਤੀ ਹੈ ਕੋਈ ਖੜਕਾ ਨਹੀਂ ਕਰਦੇ ਕਿ ਸਿੰਘਾਂ ਨੂੰ ਪਤਾ ਨਾ ਲੱਗ ਜਾਵੇ ਕਿਤੇ। ਤੰਬੂ ਸਹਿਤ ਕਨਾਤ ਉਖਾਰੀ ਤੰਬੂਆਂ ਦੇ ਸਹਿਤ ਇਹਨਾਂ ਨੇ ਆਪਣੀਆਂ ਕਨਾਤਾਂ ਪੁੱਟ ਲਈਆਂ ਹਨ ਉਥੋਂ। ਲਾਦ ਦੀਏ ਸੋ ਪ੍ਰਥਮ ਪਿਆਨੇ ਸੋ ਤੰਬੂ ਕਨਾਤਾਂ ਪਹਿਲੋਂ ਗੱਡਿਆਂ ਦੇ ਲੱਦ ਕਰਕੇ ਪਹਿਲੋਂ ਰਾਹ ਦੇ ਉੱਤੇ ਚਲਾ ਦਿੱਤੇ ਹਨ ਭੇਜ ਦਿੱਤੇ ਹਨ ਅੱਗੇ ਪਹਿਲੋਂ। ਆਪ ਤਿਆਰ ਹੋਏ ਥਰੇ ਉਸ ਥਾਨੇ ਸੋ ਆਪ ਭੀਮ ਚੰਦ ਤਿਆਰ ਪਰ ਤਿਆਰ ਹੋ ਕਰਕੇ ਕੂਚ ਕਰਨ ਵਾਸਤੇ ਤਿਆਰ ਹੋ ਗਿਆ ਤੇ ਤਿਆਰ ਹੋ ਕਰਕੇ ਉਸ ਸਥਾਨ ਤੇ ਖਲੋਤਾ ਹੈ। ਰਸਤਤ ਫੰਗੈ ਸਭ ਕਸਵਾਈ ਡਰਦਿਆਂ ਹੋਇਆਂ ਨੇ ਕੰਬਦਿਆਂ ਹੋਇਆਂ ਨੇ ਆਪਣੀਆਂ ਬੰਦੂਕਾਂ ਕੱਸ ਲਈਆਂ ਹਨ। ਖਰੋ ਰਹਿਓ ਅਰਨੁਦਾ ਤਾਈ ਸੂਰਜ ਉਦੇ ਹੋਣ ਤੱਕ ਸੂਰਜ ਚੜਨ ਤੱਕ ਇਹ ਭੀਮ ਚੰਦ ਖਲੋਤਾ ਰਿਹਾ ਕਿਉਂਕਿ ਜੰਗਲਾਂ ਦਾ ਰਾਹ ਨਹੀਂ ਸੀ ਦਿਸਦਾ। ਸਗਰੀ ਵਸਤ ਸੰਭਾਲ ਚਲਾਈ ਸੋ ਜਦੋਂ ਸੂਰਜ ਉਦੇ ਹੋਇਆ ਸੂਰਜ ਚੜਿਆ ਹੈ ਸਾਰੀਆਂ ਵਸਤੂਆਂ ਸਾਂਭ ਕਰਕੇ ਚੱਲਿਆ ਹੈ। ਆਪ ਚੜਿਓ ਧੌਂਸਾ ਵਜਵਾਈ ਜਦੋਂ ਆਪ ਮੂਰਖ ਚੜ ਕਰਕੇ ਅੱਗੇ ਨੂੰ ਤੁਰ ਪਿਆ ਤੇ ਉਸਨੇ ਵਿਚਾਰ ਕੀਤੀ ਹੁਣ ਕਿਹੜਾ ਸਿੰਘ ਫੜ ਲੈਣਗੇ ਆਣ ਕਰਕੇ ਇਹਨੇ ਕਿਹਾ ਕਿ ਚਲੋ ਟੌਰ ਨਾਲ ਚੱਲਦੇ ਹਾਂ ਤੇ ਧੌਂਸਾ ਵਜਾ ਦਿਓ ਨਗਾਰਾ ਵਜਾ ਦਿਓ ਚਾਲੇ ਪਾਉਣ ਦਾ। ਬਾਬਾ ਸੁਧ ਭਈ ਲੋਹਗੜ ਆਏ ਮੂਰਖ ਨੇ ਆਪਣੀ ਮੌਤ ਸਹੇੜ ਲਈ ਚੁੱਪ ਕਰਕੇ ਚੱਲਿਆ ਜਾਂਦਾ ਤਾਂ ਵੱਧ ਜਾਣਾ ਸੀ। ਸਿੰਘਾਂ ਨੂੰ ਇਸ ਦੇ ਨਗਾਰੇ ਦੀ ਆਵਾਜ਼ ਲੋਹਗੜ ਦੇ ਕਿਲੇ ਵਿਚ ਸੁਣ ਗਈ ਹੈ ਸਿੰਘਾਂ ਨੂੰ ਖਬਰ ਪਹੁੰਚ ਗਈ ਸਾਰੀ। ਚੱਲੇ ਪਹਾੜੀ ਲਾਜ ਗਵਾਏ ਸਿੰਘਾਂ ਨੂੰ ਪਤਾ ਲੱਗ ਗਿਆ ਕਿ ਪਹਾੜੀ ਸ਼ਰਮ ਗਵਾ ਕਰਕੇ ਲਾਜ ਗਵਾ ਕਰਕੇ ਨੱਠ ਚੱਲੇ ਹਨ। ਸਤਿਛਨਾ ਜੀਨ ਹੈਨ ਪਰ ਡਾਲੇ ਜਦੋਂ ਸਿੰਘਾਂ ਨੂੰ ਪਤਾ ਲੱਗਾ ਸਿੰਘਾਂ ਨੇ ਅੰਨੇ ਵਾਹ ਬਹੁਤੀ ਕਾਹਲੀ ਦੇ ਨਾਲ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਕੱਸ ਦਿੱਤੀਆਂ ਹਨ ਫਟਾਫਟ। ਭਾਏ ਅਰੂਡਣ ਤੁਪਕ ਸੰਭਾਲੇ ਸਾਰੇ ਸਿੰਘ ਸੂਰਮੇ ਆਪੋ ਆਪਣੀਆਂ ਬੰਦੂਕਾਂ ਸਾਂਭ ਕਰਕੇ ਸਵਾਰ ਹੋ ਗਏ ਨੇ ਪਲਾਕੀਆਂ ਮਾਰ ਮਾਰ ਕੇ ਘੋੜਿਆਂ ਤੇ। ਉਹਦੇ ਸਿੰਘ ਤੇ ਆਦਿਕ ਯੋਧਾ ਭਾਈ ਉਹਦੇ ਸਿੰਘ ਆਦਿਕ ਮਹਾਰਥੀ ਜਿਹੜੇ ਯੋਧੇ ਹਨ ਅੱਗੇ ਜਾ ਰਹੇ ਹਨ ਘੋੜੇ ਨੂੰ ਅੱਡੀ ਮਾਰੀ ਯੋਧੇ ਨੇ। ਸਾਹਿਬ ਸਿੰਘ ਹਿੰਮਤ ਸਿੰਘ ਕ੍ਰੋਧਾ ਭਾਈ ਸਾਹਿਬ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਇਹ ਵੀ ਵੀਰ ਰਸ ਦੇ ਸਾਹਿਦ ਆਪਣੇ ਘੋੜੇ ਛੱਡ ਦਿੱਤੇ ਨੇ ਪਹਾੜੀਆਂ ਵੱਲ ਯੋਧਿਆਂ ਨੇ। ਮੋਹਕਮ ਸਿੰਘ ਧਵਾਇਓ ਘੋੜਾ ਭਾਈ ਮੋਹਕਮ ਸਿੰਘ ਨੇ ਆਪਣੇ ਘੋੜੇ ਨੂੰ ਅੱਡੀ ਮਾਰੀ ਹੈ। ਆਲਮ ਸਿੰਘ ਚੱਲਿਓ ਰਿਪ ਓਰਾ ਭਾਈ ਆਲਮ ਸਿੰਘ ਜੀ ਗੁਰੂ ਕੇ ਸੂਰਮੇ ਦੁਸ਼ਮਣ ਦਾ ਰੁਖ ਲੈ ਕਰਕੇ ਚੱਲ ਪਏ ਨੇ ਘੋੜੇ ਨੂੰ ਤੇਜ ਭਜਾ ਰਹੇ ਹਨ। ਪ੍ਰਥਮ ਸੈਂਕੜੇ ਹੀ ਮਿਲ ਗਏ ਪਹਿਲਾਂ ਸੈਂਕੜੇ ਸੌਵਾਂ ਦੀ ਗਿਣਤੀ ਦੇ ਵਿਚ ਸਿੰਘ ਸੂਰਮੇ ਮਿਲ ਪਏ ਹਨ ਅੱਗੇ ਵੱਧ ਵੱਧ ਕੇ ਜਾ ਰਹੇ ਨੇ ਸਾਰੇ। ਜਵਾਲਾ ਬੰਮਣੀ ਦਾਗਤ ਭਏ ਸਿੰਘ ਸੂਰਮੇ ਜਵਾਲਾ ਬੰਮਣੀ ਬੰਦੂਕਾਂ ਛੱਡਣ ਲੱਗ ਪਏ ਨੇ ਬੰਦੂਕਾਂ ਵਿਚੋਂ ਗੋਲੀਆਂ। ਬਾਰਾਂ ਹਜ਼ਾਰਾਂ ਹੋ ਗਏ ਸਿੰਘ ਫਿਰ ਜਦੋਂ ਪਿੱਛੋਂ ਹੋਰ ਪਹੁੰਚ ਗਏ ਹਨ ਤੇ ਫਿਰ ਸਿੰਘ ਸੂਰਮੇ ਹਜ਼ਾਰਾਂ ਦੀ ਗਿਣਤੀ ਵਿਚ ਹੋ ਗਏ ਹਨ। ਜਾਣਾ ਗਜਦਲ ਪਰ ਦੌਰੇ ਸਿੰਘ
ਗੁਰੂ ਕੇ ਪਿਆਰੇ ਗੁਰੂ ਕੇ ਸਿੰਘ ਸੂਰਮੇ ਇਸ ਪ੍ਰਕਾਰ ਜਿਵੇਂ ਬਹੁਤੇ ਹਾਥੀਆਂ ਦੇ ਝੁੰਡਾਂ ਉੱਪਰ ਸ਼ੇਰ ਟੁੱਟ ਕਰਕੇ ਪੈ ਜਾਂਦੇ ਹਨ, ਮਿਲਤਿਓ ਐਸੀ ਮਾਰ ਮਚਾਈ, ਪਹਾੜੀਆਂ ਦੇ ਦਲ ਵਿੱਚ ਮਿਲ ਕਰਕੇ ਸਿੰਘਾਂ ਸੂਰਮਿਆਂ ਨੇ ਐਸੀ ਮਾਰ ਮਚਾ ਦਿੱਤੀ ਹੈ, ਜਾ ਕਰਕੇ ਚੱਲਣ ਦੁਹੇਲਾ ਭਯੋ ਤਥਾਈ, ਉਸ ਥਾਂ ਦੇ ਉੱਤੋਂ ਭੀਮ ਚੰਦ ਨੂੰ ਚੱਲਣਾ ਔਖਾ ਕਰ ਦਿੱਤਾ ਸਿੰਘਾਂ ਨੇ, ਭੀਮ ਚੰਦ ਪਰ ਘਾਲੀ ਭੀੜ, ਭੀਮ ਚੰਦ ਦੇ ਉੱਤੇ ਜਾ ਕਰਕੇ ਬਹੁਤੀ ਭੀੜ ਪਾ ਦਿੱਤੀ, ਸਿੰਘਾਂ ਨੇ ਤੁਰ ਨਹੀਂ ਦਿੰਦੇ ਹੁਣ ਭੀਮ ਚੰਦ ਨੂੰ, ਛੋਟੇ ਗੁਲਕਾਂ ਤੋਂ ਮਰ ਤੀਰ, ਸਿੰਘ ਸੂਰਮਿਆਂ ਵੱਲੋਂ ਬਹੁਤ ਜ਼ਿਆਦੀਆਂ ਗੋਲੀਆਂ ਬਰਸ਼ੇ ਤੀਰ ਛੁੱਟਣ ਲੱਗ ਪਏ ਹਨ, ਕਾਹਲੀਏ ਕੇਤਕ ਤਬ ਘੋੜੇ, ਸਿੰਘਾਂ ਸੂਰਮਿਆਂ ਨੇ ਕਿੰਨਿਆਂ ਪਹਾੜੀਆਂ ਦੇ ਘੋੜੇ ਸੁੱਟ ਦਿੱਤੇ ਹਨ ਥੱਲੇ, ਸਜਣ ਤਸਾਏ ਜੋ ਦੁਆ ਕਰ ਜੋਰੇ, ਜਿਹੜਾ ਪਹਾੜੀਆ ਸਿੰਘਾਂ ਅੱਗੇ ਦੋਵੇਂ ਹੱਥ ਜੋੜ ਦਿੰਦਾ ਸਿੰਘ ਸੂਰਮੇ ਉਸ ਨੂੰ ਛੱਡ ਦਿੰਦੇ ਨੇ, ਜਿਹੜਾ ਆਪਣੀ ਜਾਨ ਦਾ ਵਾਸਤਾ ਪਾਉਂਦਾ ਜੀਵਨ ਦਾਨ ਮੰਗਦਾ ਸਿੰਘਾਂ ਕੋਲੋਂ, ਸਿੰਘ ਉਸ ਤੇ ਵਾਰ ਨਹੀਂ ਕਰਦੇ, ਨਾਹੇ ਤਾਂ ਖੜਗ ਪ੍ਰਹਾਰਨ ਲਾਗੇ, ਜਿਹੜਾ ਨਹੀਂ ਅੱਗੇ ਹੱਥ ਜੋੜਦਾ ਆਕੜਦਾ ਸਿੰਘ ਸੂਰਮੇ ਕਿਰਪਾਨ ਨਾਲ ਝਟਕੇ ਸੁੱਟ ਦਿੰਦੇ ਹਨ, ਮਚਿਓ ਯੁੱਧ ਭੇ ਆਰਨ ਬਾਗੇ, ਸੋ ਇਤਨਾ ਭਿਆਨਕ ਸਿੰਘਾਂ ਨੇ ਯੁੱਧ ਮਚਾ ਦਿੱਤਾ ਕਿ ਸਾਰੇ ਵਸਤਰ ਖੂਨ ਨਾਲ ਗੱਚ ਹੋ ਗਏ ਹਨ, ਸ੍ਰੀ ਕਲਗੀ ਧਾਰਾ ਸੁਣ ਸੁਧ ਸਾਰੀ, ਆਨੰਦਪੁਰ ਸਾਹਿਬ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਖਬਰ ਸਤਿਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਲੱਗ ਗਈ ਹੈ, ਅੱਜ ਚੱਲੇ ਪਹਾੜੀ, ਮਹਾਰਾਜ ਜੀ ਨੂੰ ਪਤਾ ਲੱਗ ਗਿਆ ਕਿ ਜਿਹੜੇ ਪਹਾੜੀਏ ਭੱਜੇ ਜਾ ਰਹੇ ਨੇ ਤੇ ਸਿੰਘ ਪਿੱਛੇ ਪੈ ਕੇ ਨਾਸ ਕਰ ਰਹੇ ਹਨ, ਸਭ ਸਤਿਗੁਰ ਨੇ ਜੇ ਪਤੇ ਪਠਾਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਆਪਣੇ ਸੋ ਸਿੰਘਾਂ ਪਿੱਛੇ ਹੁਕਮ ਭੇਜਿਆ ਹੈ, ਭਾਜੇ ਪੀਠ ਨਾ ਪਰਿਆ ਧਾਏ, ਮਹਾਰਾਜ ਜੀ ਨੇ ਹੁਕਮ ਭੇਜਿਆ ਹੈ ਕਿ ਭੱਜੇ ਜਾਂਦੇ ਦੁਸ਼ਮਣ ਦੇ ਉੱਤੇ ਸਿੰਘੋ ਸੂਰਮਿਓ ਧਾ ਕਰਕੇ ਦੌੜ ਕਰਕੇ ਨਾ ਪੈਣਾ ਕਰੋ, ਆਛੇ ਆਛੇ ਸਿੱਖ ਪਠਾਏ, ਚੰਗੇ ਚੰਗੇ ਸਿੱਖ ਭਾਈ ਦਇਆ ਸਿੰਘ ਜੀ ਵਰਗੇ ਮਹਾਰਾਜ ਜੀ ਨੇ ਭੇਜੇ ਹਨ ਸਿੰਘਾਂ ਨੂੰ ਮੋੜਨ ਵਾਸਤੇ, ਹੋਰ ਕਿਸੇ ਦੇ ਆਖੇ ਸਿੰਘ ਕਿੱਥੋਂ ਹਟਦੇ ਸੀ, ਜਾਏ ਤੈਨਾਂ ਸਗਰੇ ਸਮਝਾਏ, ਜਾ ਕਰਕੇ ਸਾਰੇ ਸਿੰਘਾਂ ਨੂੰ ਸਮਝਾਇਆ ਹੈ, ਕਿਉਂ ਨਾਹਕ ਕਲ ਕਮਸਾਨਾ, ਸਿੰਘੋ ਸੂਰਮਿਓ ਕਿਉਂ ਤੁਸੀਂ ਬਿਨਾਂ ਕਾਰਨ ਤੋਂ ਜੰਗ ਕਰ ਰਹੇ ਹੋ, ਹਟਾ ਪ੍ਰਭੂ ਆਸ ਹੁਕਮ ਬਖਾਨਾ, ਹਟਨਾ ਕਰੋ ਮੁੜਨਾ ਕਰੋ ਆਨੰਦਪੁਰ ਸਾਹਿਬ ਨੂੰ, ਐਸਾ ਹੁਕਮ ਹੈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਿਤਾ ਜੀ ਦਾ, ਨਾਹੇ ਤਾਂ ਭੀਮ ਚੰਦ ਕੇ ਘਰ ਲਓ, ਸੋ ਜੇ ਮਹਾਰਾਜ ਜੀ ਦਾ ਹੁਕਮ ਨਾਨਾ ਪਿੱਛੋਂ ਜਾਂਦਾ ਤਾਂ ਭੀਮ ਚੰਦ ਨੂੰ ਘਰ ਤੱਕ ਸਿੰਘਾਂ ਨੇ ਛੱਡ ਕਰਕੇ ਆਉਣਾ ਸੀ, ਲੁੱਟਣ ਮਾਰਨ ਬਨੇ ਸੁਧਾਰ ਲਓ, ਸੋ ਭੀਮ ਚੰਦ ਦੇ ਬੂਹੇ ਤਾਂ ਕਿਸਦੇ ਦਰ ਤੱਕ ਸਿੰਘਾਂ ਨੇ ਉਸਨੂੰ ਲੁੱਟਦੇ ਮਾਰਦਿਆਂ ਕੁੱਟਦਿਆਂ ਛੱਡ ਕਰਕੇ ਆਉਣਾ ਸੀ ਮੂਰਖ ਨੂੰ, ਅਬ ਅੱਗੇ ਜਾਨੋ ਨਹਿ ਬਨੇ, ਸੋ ਪਿੱਛੋਂ ਮਹਾਰਾਜ ਜੀ ਦਾ ਹੁਕਮ ਲੈ ਕਰਕੇ ਆਏ ਸਿੰਘ ਸੂਰਮੇ, ਮਹਾਰਾਜ ਦਾ ਹੁਕਮ ਦੱਸਿਆ ਕਿ ਹੁਣ ਅੱਗੇ ਜਾਣਾ ਬਣ ਨਹੀਂ ਆਉਂਦਾ ਕਿਉਂਕਿ ਸਤਿਗੁਰੂ ਜੀ ਦਾ ਹੁਕਮ ਆ ਗਿਆ ਪਿੱਛੇ ਹਟਣ ਦਾ, ਭਾਗੇ ਕੋ ਨਾਹੇ ਨਿਰਪਹਨ, ਸਤਿਗੁਰੂ ਜੀ ਦਾ ਹੁਕਮ ਹੈ ਕਿ ਭੱਜੇ ਜਾਂਦੇ ਦੁਸ਼ਮਣ ਨੂੰ ਕਦੇ ਨਹੀਂ ਮਾਰਨਾ ਨਾਸ ਨਹੀਂ ਕਰਨਾ, ਦੁਸ਼ਮਣ ਨੂੰ ਭੱਜ ਜਾਣ ਦਿਓ ਜਿਹੜਾ ਭੱਜ ਹੀ ਗਿਆ ਹੈ, ਵਾਹਿਗੁਰੂ ਜੀ ਕੀ ਕਹਿ ਫਤਿਹ, ਮਹਾਰਾਜ ਜੀ ਦਾ ਜਦੋਂ ਪਿੱਛੋਂ ਹੁਕਮ ਆਇਆ ਸਿੰਘਾਂ ਨੇ ਉਸੇ ਵੇਲੇ ਗੁਰੂ ਕੀ ਫਤਿਹ ਗਜਾ ਦਿੱਤੀ, ਉੱਚੀ ਹੀ ਹਟ ਗਏ ਹਨ ਪਹਾੜੀਆਂ ਨੂੰ ਮਾਰਨ ਤੋਂ, ਗਰਜੇ ਧੁਨ ਉੱਚੀ ਤੇ ਅਤੇ, ਬਹੁਤ ਜ਼ਿਆਦਾ ਉੱਚੀ ਆਵਾਜ਼ ਦੇ ਵਿੱਚ ਸਿੰਘ ਸੂਰਮੇ ਫਤਿਹ ਗਜਾਉਂਦੇ ਹੋਏ ਗਰਜੇ ਹਨ, ਕਿਤੇ ਤੁਰੰਗ ਲੂਟ ਕਰ ਲਿਆਏ, ਕਿੰਨੇ ਕੁ ਪਹਾੜੀਆਂ ਦੇ ਘੋੜੇ ਸਿੰਘ ਸੂਰਮੇ ਲੁੱਟ ਲਿਆਏ ਹਨ ਖੋਹ ਲਿਆਏ ਹਨ, ਆਯੁਧ ਛੀਨੇ ਸਤਰ ਪਲਾਏ, ਪਹਾੜੀਆਂ ਦੇ ਕੋਲੋਂ ਸ਼ਸਤਰ ਖੋਹ ਖੋਹ ਕੇ ਨਠਾ ਦਿੱਤੇ ਹਨ ਸਾਰੇ ਹੀ, ਹਟ ਆਏ ਵੱਡ ਬਜਤ ਨਗਾਰੇ, ਮੁੜ ਆਏ ਹਨ ਸਿੰਘ ਸੂਰਮੇ ਵੱਡੇ ਨਗਾਰੇ ਵੱਜ ਰਹੇ ਨੇ ਦਲ ਵਿੱਚ ਸਿੰਘਾਂ ਦੇ, ਉਹਨਾਂ ਸੁਖੇ ਨਹੀਂ ਸਤਰ ਸਿਧਾਰੇ, ਜਦੋਂ ਮਹਾਰਾਜ ਜੀ ਦਾ ਹੁਕਮ ਗਿਆ ਸਿੰਘ ਸੂਰਮੇ ਮੁੜੇ ਨੇ ਪਿੱਛੇ ਨੂੰ,
ਤੇ ਇਹ ਜਿਹੜੇ ਦੁਸ਼ਮਣ ਹਨ ਪਹਾੜੀਏ ਭੀਮ ਚੰਦ ਹੁਣੀ ਇਹ ਸਾਰੇ ਫਿਰ ਸੌਖੇ ਤਰੀਕੇ ਨਾਲ ਚਲੇ ਗਏ ਹਨ। ਜੈ ਕਹਿ ਪੁਰ ਗ੍ਰਾਮ ਮਨ ਮਹਿ ਰੌਰਾ, ਜਿੱਥੇ ਕਿੱਥੇ ਸ਼ਹਿਰਾਂ ਨਗਰਾਂ ਦੇ ਵਿੱਚ ਪਹਾੜਾਂ ਦੇ ਵਿੱਚ ਰੌਲਾ ਪਿਆ ਹੋਇਆ ਹੈ। ਪੀਟਣ ਰੁਦਨ ਹੋਤ ਸਭ ਠੌਰਾ, ਸਾਰਿਆਂ ਥਾਵਾਂ ਤੇ ਰੋਣਾ ਪਿੱਟਣਾ ਪਿਆ ਹੋਇਆ ਹੈ। ਭੀਮ ਚੰਦ ਸੁਣ ਸੁਣ ਪਛਤਾਵਤ, ਰੋਣ ਪਿੱਟਣ ਦੀਆਂ ਆਵਾਜ਼ਾਂ ਸੁਣ ਸੁਣ ਕਰਕੇ ਜਿਹੜਾ ਭੀਮ ਚੰਦ ਬਹੁਤਾ ਪਛਤਾਉਂਦਾ ਹੈ। ਚਿਤਵਤਾ ਚਿੰਤਾ ਬਹੁ ਦੁਖ ਪਾਵਤ, ਚਿਤ ਦੇ ਵਿੱਚ ਬਹੁਤੀ ਚਿੰਤਾ ਦੇ ਸਾਥ ਦੁੱਖ ਪਾਉਂਦਾ ਹੈ, ਮੂਰਖ ਝੂਰਦਾ ਹੈ। ਪਹੁੰਚੋ ਤਬ ਆਪਣੀ ਰਾਜਧਾਨੀ, ਇਸ ਪ੍ਰਕਾਰ ਪਛਤਾਉਂਦਾ ਹੋਇਆ ਡਿੱਗਦਾ ਢਿੰਦਾ ਆਪਣੀ ਕਹਲੂਰ ਰਾਜਧਾਨੀ ਵਿੱਚ ਪਹੁੰਚਿਆ ਹੈ। ਹੌਲਾ ਭਇਓ ਬਹੁਤ ਅਭਿਮਾਨੀ, ਐਸਾ ਹੰਕਾਰੀ ਜਿਹੜਾ ਭੀਮ ਚੰਦ ਸੀ ਹੁਣ ਹੌਲਾ ਪੈ ਗਿਆ ਮੂਰਖ। ਇਹ ਤਾਂ ਗੁਰ ਨਿਕਟ ਖਾਲਸਾ ਆਯੋ, ਇਧਰ ਸਿੰਘ ਸੂਰਮੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਏ ਹਨ। ਫਤਿਹ ਪਾਏ ਘਰ ਬਹੁ ਹਰਖਾਯੋ, ਸੋ ਜਿੱਤ ਪ੍ਰਾਪਤ ਕੀਤੀ ਆ ਸਿੰਘਾਂ ਸੂਰਮਿਆਂ ਨੇ ਬਹੁਤੇ ਖੁਸ਼ੀ ਹੈ। ਸ਼ਾਸਤਰਨ ਸਹਿਤ ਸੋ ਦਰਸ਼ਨ ਦੇਖਾ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਾਸਤਰਾਂ ਦੇ ਸਾਥ ਤਖ਼ਤ ਤੇ ਬਿਰਾਜਮਾਨ ਨੇ, ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਸਿੰਘਾਂ ਨੇ। ਕਿਰਪਾ ਦ੍ਰਿਸ਼ਟ ਗੁਰ ਕਰੀ ਵਿਸੇਖਾ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੰਘਾਂ ਦੇ ਉੱਪਰ ਬਹੁਤੀ ਕਿਰਪਾ ਦ੍ਰਿਸ਼ਟੀ ਕੀਤੀ ਹੈ। ਪਦ ਅਰਬਿੰਦਨ ਪਰ ਸਿਰ ਧਰ ਧਰ, ਸੋ ਸਾਰੇ ਸਿੰਘਾਂ ਸੂਰਮ ਜਿਹੜੇ ਸਿੰਘ ਸੂਰਮੇ ਆਏ ਹਨ ਜੰਗ ਤੋਂ, ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਸੀਸ ਰੱਖ ਰੱਖ ਕੇ ਮੱਥਾ ਟੇਕ ਟੇਕ ਕਰਕੇ, ਸ੍ਰੀ ਖਾਲਸਾ ਬੰਦਨ ਕਰ ਕਰ, ਮਹਾਰਾਜ ਜੀ ਨੂੰ ਨਮਸਕਾਰ ਕਰ ਕਰਕੇ ਸਾਰੇ ਸਿੰਘ ਸੂਰਮੇ ਦੀਵਾਨ ਵਿੱਚ ਆਲੇ ਦੁਆਲੇ ਬੈਠ ਗਏ ਹਨ। ਸਭ ਦਿਸ ਦੇਖਤ ਪ੍ਰਭੂ ਉਚਾਰਾ, ਸਾਰੇ ਸਿੰਘਾਂ ਸੂਰਮਿਆਂ ਵੱਲ ਵੇਖ ਕਰਕੇ ਮਹਾਰਾਜ ਪਿਤਾ ਜੀ ਨੇ ਵਚਨ ਕੀਤਾ। ਜਬ ਜਨ ਹੈ ਰਿਪ ਕੋ ਭਜ ਹਾਰਾ, ਸਿੰਘੋ ਸੂਰਮਿਆਂ ਜਦੋਂ ਜਾਣੋ ਕਿ ਦੁਸ਼ਮਣ ਹਾਰ ਕਰਕੇ ਭੱਜ ਰਿਹਾ ਹੈ, ਤਬ ਤਿੰਨ ਗੈਲ ਨ ਪਰੈ ਕਦਾਈ, ਤਾਂ ਕਦੇ ਵੀ ਫਿਰ ਉਸ ਭੱਜੇ ਹੋਏ ਦੁਸ਼ਮਣ ਦੇ ਗਲ ਨਹੀਂ ਚੜਨਾ ਚਾਹੀਦਾ, ਉਹਦੇ ਪਿੱਛੇ ਨਹੀਂ ਪੈਣਾ ਚਾਹੀਦਾ। ਇਹ ਸੂਰਮਿਆਂ ਵਾਲੀ ਗੱਲ ਨਹੀਂ ਹੈ, ਇਹ ਨੀਤ ਸਭ ਨਰਨ ਬਤਾਈ, ਇਹ ਜਿਹੜੀ ਰੀਤੀ ਮਰਯਾਦਾ ਹੈ ਸ੍ਰੇਸ਼ਟ ਮਨੁੱਖ ਦੱਸਦੇ ਹਨ, ਸੂਰਬੀਰ ਯੋਧੇ ਦੱਸਦੇ ਹਨ। ਸ਼ਸਤਰ ਗਹੇ ਰਿਪ ਸਨਮੁਖ ਹੋਏ, ਜੇ ਦੁਸ਼ਮਣ ਸ਼ਸਤਰ ਪਕੜ ਕਰਕੇ ਸਾਹਮਣੇ ਜੰਗ ਵਿੱਚ ਹੋਵੇ ਫਿਰ ਉਸ ਨੂੰ ਮਾਰਨਾ ਚਾਹੀਦਾ ਹੈ। ਇਸ ਕੋ ਪ੍ਰਿਸ਼ਟੀ ਦੇ ਨਾ ਕੋਏ, ਸੋ ਕਦੇ ਵੀ ਫਿਰ ਦੁਸ਼ਮਣ ਨੂੰ ਪਿੱਠ ਨਹੀਂ ਦੇਣੀ ਚਾਹੀਦੀ, ਇਹ ਸੂਰਮਿਆਂ ਵਾਲੀ ਗੱਲ ਹੈ। ਧਰਮ ਯੁੱਧ ਕੋ ਨਿਤ ਅਨਰਾਗੋ, ਇਹ ਸਿੰਘੋ ਸੂਰਮਿਓ ਧਰਮ ਦੇ ਯੁੱਧ ਨੂੰ ਸਦਾ ਪ੍ਰੇਮ ਦੇ ਨਾਲ ਕਰਨਾ ਕਰੋ, ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕਰਨਾ। ਭਲੇ ਨਰਨ ਕੇ ਮਗ ਕੋ ਲਾਗੋ, ਭਲੇ ਪੁਰਸ਼ਾਂ ਦੇ ਰਸਤੇ ਤੇ ਚੱਲਣਾ ਕਰੋ, ਸੂਰਮਿਆਂ ਵਾਲੇ ਰਸਤੇ ਤੇ ਚੱਲਣਾ ਕਰੋ। ਸਿੱਖੀ ਧਰੋ ਸਿਦਕ ਨਹਿ ਹਾਰੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਧਾਰਨਾ ਕਰੋ ਤੇ ਸਿਦਕ ਨੂੰ ਨਾ ਹਾਰੋ ਕਦੇ ਵੀ। ਸਤ ਨਾਮ ਜਪ ਜਨਮ ਸੁਧਾਰੋ, ਜੋ ਸੱਚਾ ਨਾਮ ਹੈ ਵਾਹਿਗੁਰੂ ਮੰਤਰ ਉਸ ਨੂੰ ਜਪ ਕਰਕੇ ਆਪਣੇ ਜਨਮ ਨੂੰ ਸੁਧਾਰਨਾ ਕਰੋ। ਕਰ ਹੈ ਰਾਜ ਖਾਲਸਾ ਮੇਰਾ, ਸਤਿਗੁਰੂ ਜੀ ਨੇ ਵਰਦਾਨ ਦਿੱਤਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰ ਬਖਸ਼ੇ, ਮੇਰਾ ਖਾਲਸਾ ਰਾਜ ਕਰੇਗਾ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਚਨ ਕਦੇ ਝੂਠ ਨਹੀਂ ਹੋ ਸਕਦੇ, ਸਮਾਂ ਆਵੇਗਾ ਖਾਲਸਾ ਰਾਜ ਕਰੇਗਾ, ਬੜੀ ਛੇਤੀ ਨਾਲ ਸਮਾਂ ਆ ਰਿਹਾ ਹੈ। ਸਭ ਹਨ ਪਰ ਹੋਇਆ ਬਲੀ ਬਡੇਰਾ, ਮਹਾਰਾਜ ਜੀ ਨੇ ਵਾਰ ਬਖਸ਼ੇ, ਮੇਰਾ ਖਾਲਸਾ ਸਾਰਿਆਂ ਉੱਤੇ ਭਾਰੀ ਬਲੀ ਹੋ ਜਾਵੇਗਾ। ਸ੍ਰੀ ਅਸਕੇਤ ਅੰਗ ਸੰਗ ਰਹਾਈ, ਸੋ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਖਾਲਸੇ ਦੇ ਅੰਗ ਸੰਗ ਵਰਤਣਗੇ। ਓਏ ਹੈ ਤੁਮਰੇ ਸਦਾ ਸਹਾਈ, ਇਹ ਸਿੰਘੋ ਸੂਰਮਿਓ ਸਦਾ ਹੀ ਅਕਾਲ ਪੁਰਖ ਤੁਹਾਡੇ ਸਹਾਈ ਹੋਣਗੇ, ਅੰਗ ਸੰਗ ਰਹਿਣਗੇ। ਇਮ ਕਹਿ ਕਰ ਸਭ ਬਚਨ ਬਿਲਾਸਾ, ਇਸ ਪ੍ਰਕਾਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੇਸ਼ਟ ਬਚਨ ਬਿਲਾਸ ਕੀਤੇ ਨੇ ਸਿੰਘਾਂ ਨਾਲ। ਅਤੇ
ਲਈ ਕਰ ਸਤਰ ਬਿਨਾਸਾ। ਸਾਰੀ ਜਿੱਤ ਪ੍ਰਾਪਤ ਕੀਤੀ ਹੈ ਸਿੰਘਾਂ ਸੂਰਮਿਆਂ ਨੇ ਦੁਸ਼ਮਣਾਂ ਦਾ ਘਣ ਕਰਕੇ। ਕਾਇਲ ਸਭ ਹੋਏ ਸਾਵਧਾਨਾ, ਜ਼ਖਮੀ ਸਿੰਘ ਸੂਰਮੇ ਸਾਰੇ ਸਾਵਧਾਨ ਹੋਏ ਹਨ। ਸਾਲ ਪੱਤਰ ਦੇ ਸੁੱਖ ਕਾ ਉਠਾਨਾ, ਸਾਲ ਪੱਤਰ ਦੇ ਨਾਲ ਸਿੰਘਾਂ ਸੂਰਮਿਆਂ ਨੇ ਜ਼ਖਮੀਆਂ ਨੇ ਸੁੱਖ ਪ੍ਰਾਪਤ ਕੀਤਾ ਹੈ। ਯੁੱਧ ਖਾਲਸੇ ਕੋ ਇਹ ਪੜੈ, ਸੋ ਇਹ ਸਾਰੀ ਜੰਗ ਦੀ ਕਥਾ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੁਣੀ ਹੈ ਕਵੀ ਜੀ ਹੁਣ ਮਹਾਤਮਾ ਦੱਸਦੇ ਹਨ। ਦੁਬਾਰਾ ਪੰਕਤੀ ਪੜੋ। ਯੁੱਧ ਖਾਲਸੇ ਕੋ ਇਹ ਪੜੈ, ਕਵੀ ਜੀ ਮਹਾਤਮਾ ਦੱਸਦੇ ਹਨ ਖਾਲਸੇ ਦੇ ਯੁੱਧ ਦੀ ਕਥਾ ਜਿਹੜਾ ਪੜੇਗਾ, ਇਹਦਾ ਸੁਣਾਏ ਸੁਣੇ ਸੁਖ ਬੜੈ, ਸੋ ਜਾਂ ਕਥਾ ਸੁਣੇਗਾ ਜਾਂ ਜਿਹੜਾ ਗੁਰਸਿੱਖ ਇਸ ਕਥਾ ਨੂੰ ਕਰੇਗਾ ਜਾਂ ਸੁਣੇਗਾ ਉਸ ਦੇ ਹਿਰਦੇ ਵਿਚ ਬਹੁਤੇ ਸੁਖ ਵਧਣਗੇ, ਨਾਮ ਦਾ ਸੁਖ ਪ੍ਰਾਪਤ ਹੋਵੇਗਾ, ਐਸਾ ਫਲ ਪ੍ਰਾਪਤ ਹੋਵੇਗਾ। ਗੁਰ ਕੋ ਸਿੱਧ ਕਰੇ ਦੇ ਮਹਿ ਪਾਵੇ, ਕੀ ਫਲ ਪ੍ਰਾਪਤ ਹੋਵੇਗਾ? ਗੁਰੂ ਪਾਤਸ਼ਾਹ ਦੇ ਉੱਤੇ ਸਿਦਕ ਪ੍ਰਾਪਤ ਹੋਵੇਗਾ, ਸੁਖੀ ਸਿਦਕ ਹਿਰਦੇ ਵਿਚ ਬਹੁਤਾ ਆਵੇਗਾ। ਜਨਮ ਮਰਨ ਕੀ ਕਮਤ ਮਿਟਾਵੇ, ਜਿਹੜਾ ਸਿੱਖ ਇਸ ਜੰਗ ਦੀ ਕਥਾ ਨੂੰ ਸੁਣੇਗਾ ਤੇ ਕਰੇਗਾ ਉਸਦੇ ਜਨਮ ਮਰਨ ਦੇ ਗੇੜੇ ਕੱਟੇ ਜਾਣਗੇ, ਖੋਟੀ ਬੁੱਧੀ ਨਾਸ਼ ਹੋ ਜਾਵੇਗੀ। ਪਾਦੜੀ ਛੰਦ ਸਤਿਗੁਰ ਵਿਸਾਲ ਗੋਬਿੰਦ ਸਿੰਘ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਰੀ ਜਗਤ ਦੇ ਗੁਰੂ, ਦਿਨ ਸੁਜਸ ਪੜ੍ਹੇ ਕੈ ਸੁਣੇ ਸਿੰਘ, ਸੋ ਜਿਹੜਾ ਵੀ ਸਿੰਘ ਸੂਰਮਾ ਮਹਾਰਾਜ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜੀ ਦਾ ਸ੍ਰੇਸ਼ਟ ਜਸ ਪੜ੍ਹੇਗਾ ਸੁਣੇਗਾ। ਬੇਨਤੀ ਪਨੰਤ ਸੰਤੋਖ ਸਿੰਘ, ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਮੈਂ ਦਾਸ ਬੇਨਤੀ ਕਰਦਾ ਹਾਂ, ਮ੍ਰਿਗ ਪਾਪ ਹਰਨ ਕੋ ਮਨਹ ਸਿੰਘ, ਸੋ ਸਿੰਘਾਂ ਦੇ ਜਿਹੜੇ ਪਾਪ ਹਨ ਮ੍ਰਿਗਾਂ ਦੀ ਨਿਆਈ ਹਨ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸ੍ਰੇਸ਼ਟ ਜਸ ਹੈ ਇਹ ਸ਼ੇਰ ਦੀ ਨਿਆਈ ਹੈ, ਸੋ ਜਿਵੇਂ ਸ਼ੇਰ ਹਿਰਨ ਨੂੰ ਪਾੜ ਕਰਕੇ ਸੁੱਟ ਦਿੰਦਾ ਹੈ, ਇਸ ਪ੍ਰਕਾਰ ਮਹਾਰਾਜ ਜੀ ਦਾ ਸ੍ਰੇਸ਼ਟ ਜਸ ਸਿੱਖਾਂ ਦੇ ਹਿਰਨਾਂ ਰੂਪੀ ਜਿਹੜੇ ਪਾਪ ਹਨ ਨਾਸ਼ ਕਰਕੇ ਸੁੱਟ ਦੇਵੇਗਾ। ਗੁਰੂ ਮਹਾਰਾਜ ਜੀ ਦਾ ਐਸਾ ਸ੍ਰੇਸ਼ਟ ਜਸ ਹੈ, ਜਿਨ੍ਹਾਂ ਨੇ ਇਹ ਕਥਾ ਨੂੰ ਪ੍ਰੇਮ ਨਾਲ ਸੁਣਿਆ ਹੈ ਐਸਾ ਸਾਰਾ ਮਹਾਤਮ ਉਨ੍ਹਾਂ ਗੁਰਸਿੱਖਾਂ ਨੂੰ ਪ੍ਰਾਪਤ ਹੋਵੇਗਾ, ਜਿਨ੍ਹਾਂ ਨੇ ਐਸੀ ਕਥਾ ਨਹੀਂ ਸੁਣੀ ਮਾੜੇ ਹੀ ਭਾਗ ਹਨ। ਜਿਸ ਕਿਸੇ ਸੋ ਹਰ ਦਿਸ਼ਾ ਵੱਲ ਜਿੱਥੇ ਕਿੱਥੇ ਮਹਾਰਾਜ ਜੀ ਦਾ ਸ੍ਰੇਸ਼ਟ ਜਸ ਫੈਲ ਗਿਆ ਸਾਰੀ ਧਰਤੀ ਤੇ, ਮੇਖਲਾ ਭੂਮਾ ਸੱਤਾਂ ਹੀ ਸਮੁੰਦਰਾਂ ਦੇ ਉੱਤੇ ਤੇ ਸਾਰੀ ਧਰਤੀ ਦੇ ਉੱਤੇ ਮਹਾਰਾਜ ਜੀ ਦਾ ਸ੍ਰੇਸ਼ਟ ਜਸ ਫੈਲ ਗਿਆ ਹੈ, ਮਹਾਰਾਜ ਜੀ ਦੀ ਸ਼ਕਤੀ ਫੈਲ ਗਈ ਹੈ, ਪੰਥ ਸੁਭ ਖਾਲਸਾ ਸਾਰੇ ਥਾਵਾਂ ਤੇ ਪਤਾ ਲੱਗ ਗਿਆ ਕਿ ਸ੍ਰੇਸ਼ਟ ਖਾਲਸਾ ਪੰਥ ਬੜੀ ਪ੍ਰਗਟ ਹੋ ਗਿਆ ਧਰਤੀ ਦੇ ਉੱਤੇ, ਕਾਲੀ ਸੈਲਨ ਧੂਮ ਪਾ ਦਿੱਤੀ ਹੈ ਪਹਾੜਾਂ ਦੇ ਵਿਚ ਸਿੰਘਾਂ ਸੂਰਮਿਆਂ ਨੇ, ਲਲਿਤ ਪਦ ਛੰਦ ਮਿਲ ਕਰ ਰਾਜੇ ਬਾਈ ਧਾਰਨ, ਸੋ ਮਿਲ ਕਰਕੇ ਬਾਈ ਧਾਰ ਦੇ ਸਾਰੇ ਰਾਜਿਆਂ ਨੇ, ਪ੍ਰਜਾ ਸਹਿਤ ਸਭ ਯੋਧਾ ਆਪਣੀ ਪ੍ਰਜਾ ਦੇ ਸਹਿਤ ਸਾਰੇ ਯੋਧਿਆਂ ਦੇ ਸਹਿਤ ਚੜ ਕਰਕੇ ਆਏ, 3 ਲੱਖ ਗਿਣਤੀ ਮੈਂ ਇੱਕ ਥਲ, ਸੋ 3 ਲੱਖ ਦੀ ਗਿਣਤੀ ਬਣਾ ਕਰਕੇ ਆਪਣੀ ਸੈਨਾ ਦੀ ਇੱਕ ਥਾਂ ਤੇ ਹੋ ਕਰਕੇ, ਸਤਿਗੁਰ ਪਰ ਕਰ ਕ੍ਰੋਧਾ ਬੜੇ ਕ੍ਰੋਧ ਦੇ ਸਹਿਤ ਲਾਲ ਅੱਖਾਂ ਕਰਕੇ ਮਹਾਰਾਜ ਜੀ ਤੇ ਚੜ ਕਰਕੇ ਆਏ ਇਹ ਬਾਈ ਧਾਰ ਦੇ ਰਾਜੇ, ਕਰੀ ਢੂਕ ਹਰ ਕਰੀ ਢੋਏ ਕਰ, ਬਹੁਤ ਜ਼ਿਆਦਾ ਇਹਨਾਂ ਚੜ੍ਹਾਈ ਕੀਤੀ ਆਨੰਦਪੁਰ ਸਾਹਿਬ ਤੇ ਖੂਨੀ ਹਾਥੀ ਨੂੰ ਚੜ੍ਹਾ ਕਰਕੇ, ਇਲਾ ਮਿਲ ਮਿਲ ਕਾਲਾ ਮਿਲ ਮਿਲ ਕਰਕੇ ਇਹਨਾਂ ਨੇ ਬਹੁਤੇ ਹੱਲੇ ਕੀਤੇ ਪਹਾੜੀਆਂ ਨੇ, ਅਲਪ ਖਾਲਸਾ ਆਨੰਦਪੁਰ ਮੈਂ, ਥੋੜੇ ਜਿਹੇ ਸਿੰਘ ਸੂਰਮੇ ਸੀ ਆਨੰਦਪੁਰ ਸਾਹਿਬ ਦੇ ਵਿਚ, ਚਾਲ ਚਾਲ ਦਲ ਠਾਲਾ ਸਿੰਘਾਂ ਸੂਰਮਿਆਂ ਨੇ ਛਾਤੀਆਂ ਤੇ ਇਹਨਾਂ ਪਹਾੜੀਆਂ ਦਾ ਹੱਲਾ ਝੱਲਿਆ ਤੇ ਠੱਲ ਪਾਈ ਇਹਨਾਂ ਨੂੰ, ਮਰਦ ਗਰਦ ਮੈਂ ਮਿਲੇ ਜਰਦ ਮੁਖ, ਸਿੰਘਾਂ ਸੂਰਮਿਆਂ ਨੇ ਐਸੀ ਮਾਰ ਮਚਾਈ
ਕਿ ਇਨ੍ਹਾਂ ਦੇ ਮਰਦ ਜਿਹੜੇ ਸੈਨਾਪਤੀ ਬਹਾਦਰ ਸੂਰਮੇ ਸੀ ਉਨ੍ਹਾਂ ਨੂੰ ਮਾਰ ਮਾਰ ਕੇ ਗਰਦ ਮਿੱਟੀ ਦੇ ਵਿੱਚ ਮਿਲਾ ਦਿੱਤਾ, ਚਿਹਰੇ ਪੀਲੇ ਪੈ ਗਏ ਪਹਾੜੀਆਂ ਦੇ, ਹਰਦ ਰੰਗ ਹੋਇਆ ਭਾਗੇ ਹਲਦੀ ਵਰਗਾ ਪੀਲਾ ਰੰਗ ਹੋ ਗਿਆ, ਕਾਇਰਾਂ ਦਾ ਡਰ ਕਰਕੇ ਭੱਜ ਗਏ ਅਨੰਦਪੁਰ ਸਾਹਿਬ ਤੋਂ ਰਾਤੋ ਰਾਤ ਹੀ। ਦੁਰਦ ਦਰੇ ਤਨ ਘਾਵ ਦਰਦ ਪਾ, ਜਦੋਂ ਖੂਨੀ ਹਾਥੀ ਚੜਾ ਕਰਕੇ ਲਿਆਏ ਸੀ ਉਸ ਖੂਨੀ ਹਾਥੀ ਨੇ ਮੂੰਹ